अच्छा दूसरा हुन दसो जी बीया दा जी पंजाबी जी कहंदे इको ही हट्टी ओही इक पत्ती मुड़ मुड़ ओही हट्टी जेड़ा आज तक पता लगा गुजराना वाले दी एक कंपनी है हां जी कदी तो जेड़े फोन करदे उनो कहंदे बी है नहीं हां जी कदी कहंदे असि 12000 ਦਾ ਦਵਾਂਗੇ ਚਲੋ ਮੈਂ ਮੈਂਸ਼ਨ ਨਹੀਂ ਕਰਦਾ ਕਿੰਨੇ ਕਦੀ ਕਿੰਨੇ ਦਾ ਮੁਖਤਲਫ ਰੇਟ ਦੱਸਦੇ ਆ ਉਹਨਾਂ ਤੋਂ ਅਲਾਵਾ ਵੀ ਹੈਗੇ ਪਾਕਿਸਤਾਨ ਚ ਜੀ ਬਿਲਕੁਲ ਉਹਨਾਂ ਤੋਂ ਅਲਾਵਾ ਅਗਰ ਤੁਹਾਨੂੰ ਵੀ ਚਾਹੀਦਾ ਹੋਵੇ ਤੇ ਆਬਦ ਵਟਸਐਪ ਵੀ ਪ੍ਰੋਵਾਈਡ ਕਰਨਗੇ ਅੱਛਾ ਜੀ ਇਹ ਨੈਕਸਟ ਇਹਨਾਂ ਨੇ ਬਾਹਰੋਂ ਇੰਪੋਰਟ ਕਰ ਰਹੇ ਆ ਅੱਛਾ ਜੀ ਬੱਟ ਸਾਹਿਬ ਸਵਾਤ ਤਾਂ ਹੈ ਜਿਹੜਾ ਮਾਰਕੀਟ ਜੇ ਅਵੇਲੇਬਲ ਆ ਉਹਦੇ ਤੋਂ ਜੇ ਸਸਤਾ ਦਵਾਂ ਬਿਲਕੁਲ ਸਸਤਾ ਨਹੀਂ ਤਾਂ ਕਿਹੜੀ ਲੋੜ ਹੈ ਚਿਸ਼ਤੀਆਂ ਆਣ ਦੀ ਲੋਕਾਂ ਨੂੰ ਅਸੀਂ ਮਾਰਕੀਟ ਦੇ ਵਿੱਚ ਰੇਟ ਮਿਲ ਰਿਹਾ ਆ ਆਵਾਮ ਨੂੰ 12000 ਰੁਪਏ ਤੇ 80 ਇਨਸ਼ਾਅੱਲਾ ਕੋਸ਼ਿਸ਼ ਕਰਾਂਗੇ ਬੱਟ ਸਾਹਿਬ ਨਾਲ مشاورਤ ਹੋਈ ਹੈ ਇਸ ਮਾਮਲੇ ਦੇ ਵਿੱਚ ਸਾਡੀ ਵੀ ਹਾਂਜੀ ਉਹ 10000 ਰੁਪਏ 10000 ਰੁਪਏ ਅਸੀਂ ਬਿਲਕੁਲ ਉਹਦੇ ਵਿੱਚ ਪ੍ਰੋਫਿਟ ਨਹੀਂ ਲਵਾਂਗੇ ਠੀਕ ਹੈ ਜੀ ਰੀਲੀਫ ਦਵਾਂਗੇ ਆਵਾਮ ਨੂੰ ਅੱਛਾ ਜੇ ਉਹਨਾਂ ਨੇ ਮਾਰਕੀਟ ਵਾਲਿਆਂ ਨੇ 10-10 ਦਿੱਤਾ ਫਿਰ ਤੁਸੀਂ ਕੀ ਕਰੋਗੇ ਅਸੀਂ 9 ਦਾ ਦਵਾਂਗੇ ਬਿਲਕੁਲ ਠੀਕ ਹੈ ਜੀ ਜੀ ਯਾਨੀ ਬੀ ਦਾ ਮਸਲਾ ਹੱਲ ਹੋ ਜਾਏਗਾ ਇਹ ਬੜੀ ਪਰੇਸ਼ਾਨੀ ਹੈ ਜੀ ਇਸ ਵੇਲੇ ਜਿਹੜਾ ਬड़ा ਮਸਲਾ ਸੇ ਦੋਸਤ ਨੂੰ ਪਨੀਰੀ ਦੇ ਹਵਾਲੇ ਦੇ ਨਾਲ ਨਾ ਸਮਝ ਆਵੇ ਉਹ ਸਾਡਾ ਕੰਟੈਕਟ ਕਰ ਸਕਦਾ ਹੈ ਹਾਂਜੀ ਉਹ ਸਾਡਾ ਕੰਟੈਕਟ ਕਰੇ ਅਸੀਂ ਉਹਨੂੰ ਬੀ ਵੀ ਐਨ ਕੇ ਪਨੀਰੀ ਵੀ ਅਵੇਲੇਬਲ ਕਰਕੇ ਦਵਾਂਗੇ ਪਨੀਰੀ ਵੀ ਦਿਓਗੇ ਬਿਲਕੁਲ ਅਗਰ ਕੋਈ ਪਨੀਰੀ ਤੁਹਾਡੇ ਤੋਂ ਨਹੀਂ ਲੈਣਾ ਚਾਹੁੰਦਾ ਵੈਸੇ ਰਹਿਣਮਾਈ ਦੋਗੇ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਸੀ ਉਹਦੀ ਰਹਿਨਮਾਈ ਕਰਾਂਗੇ ਔਰ ਫਰੀ ਆਫ ਕਾਸਟ ਕਰਾਂਗੇ ਸਾਨੂੰ ਕਿਸੇ ਚੀਜ਼ ਦਾ ਕੋਈ ਵੀ ਇਨਕ ਲਾਲਚ ਨਹੀਂ ਹੈ ਅਸੀਂ ਕੋਸ਼ਿਸ਼ ਕਰਾਂਗੇ ਅਸੀਂ ਉਹ ਹੋ ਸਕਦਾ ਉਹਦੇ ਕੋਲ ਵੀ ਜਾ ਕੇ ਉਹਦੀ ਕੋਈ ਰਹਿਨਮਾਈ ਕਰ ਸਕਦੇ ਹਾਂ ਅਸੀਂ ਆਪਣੇ ਜ਼ਿਮੀਦਾਰ ਭਰਾ ਦਾ ਫਾਇਦਾ ਕਰਾਂਗੇ ਤਾਂ ਕਿ ਉਹ ਕਿਸੇ ਵੀ ਕੰਪਨੀ ਵਾਲਿਆਂ ਕੋਲ ਲੁੱਟ ਨਾ ਹੋਣਾ ਸੀ ਬਹੁਤ ਲੁੱਟ ਹੋਏ ਆ ਅਸੀਂ ਚਾਹਾਂਗੇ ਵੀ ਸਾਡੇ ਗਾਂ ਅਗਲੇ ਭਰਾ ਜ਼ਿਮੀਦਾਰ ਭਰਾ ਉਹ ਵੀ ਸਾਡੇ ਵਰਗੇ ਨੇ ਅਸੀਂ ਪੜ੍ਹ ਲਿਖ ਕੇ ਲੋਕਾਂ ਦੀਆਂ ਨੌਕਰੀਆਂ ਕਰਦੇ ਹੁਣ ਅਸੀਂ ਆਪਣਾ ਕੰਮ ਕਰਨਾ ਸ਼ੁਰੂ ਕੀਤਾ ਮਾਸ਼ਾਅੱਲ੍ਹਾ ਅਲਹਮਦੁਲਿਲਾ ਇਹਦੇ ਵਿੱਚ ਨਫਾ ਵੀ ਜ਼ਿਆਦਾ ਆ ਕੰਮ ਵੀ ਚੰਗਾ ਆ ਠੀਕ ਆ ਜੀ ਨਫੇ ਹਲ ਵੀ ਆਨੇ ਆ ਜੀ ਤੁਸੀਂ ਇਸ ਚੀਜ਼ ਨੂੰ ਮਹਿਸੂਸ ਕਰਦੇ ਹੋયા ਤੁਹਾਡੇ ਨਾਲੇ ਬੀਤੀਆਂ ਕਿ ਕਿਸ ਤਰ੍ਹਾਂ ਤੁਹਾਨੂੰ ਲੁੱਟਿਆ ਤੁਸੀਂ ਚਾਹੁੰਦੇ ਆ ਨਾ ਲੁੱਟ ਹੋਵੇ ਸਾਡੇ ਨਾ ਜੀ ਪਿਛਲੇ ਦੌਰ ਚ ਇੱਕ ਗਵਾਂਡੀ ਦੇਸ਼ ਤੋਂ ਇੱਕ ਉਹਨਾਂ ਦਾ ਆਇਆ ਸੀਗਾ ਲੀਡਰ ਤੋਂ ਉਹਨੇ ਇੱਕ ਸ਼ੇਅਰ ਕਿਹਾ ਸੀ ਅਪਣ ਕੇ ਜੋ ਸੰਗ ਹੋਆ ਹੈ ਬੱਚੋਂ ਕੇ ਉਹ ਸੰਗ ਨਾ ਹੋਣੇ ਦੇਂਗੇ ਹਮ جنگ ਨਾ ਹੋਣੇ ਦੇਂਗੇ ਹਮ جنگ ਨਾ ਹੋਣੇ ਦੇਂਗੇ ਇਹ ਵੱਖਰੀ ਗੱਲ ਆ ਹੁਣ ਸਾਨੂੰ ਉਹ ਧਮਕੀਆਂ ਦਿੰਦੇ ਆ ਹਾਂਜੀ ਤੇ ਸਾਨੂੰ ਕੋਈ ਪਰਵਾਹ ਧਮਕੀਆਂ ਨਾਲ ਅਸੀਂ ਕਿਹੜਾ ਮਰ ਜਾਣਾ ਆ ਸਾਨੂੰ ਕੋਈ ਪਰਵਾਹ ਨਹੀਂ ਤੇ ਯਾਨੀ ਤੁਸੀਂ ਇਹ ਕਿਹਾ ਕਿ ਜੋ ਕੁਝ ਤੁਹਾਡੇ ਨਾਲ ਹੋਇਆ ਤੁਸੀਂ ਦੂਸਰੇ ਜਿਹੜੇ ਜ਼ਿਮੀਦਾਰ ਭਰਾ ਆ ਉਹਨਾਂ ਨਾਲ ਨਹੀਂ ਹੋਣ ਦਵੋਗੇ ਬਿਲਕੁਲ ਜੀ ਸਾਡਾ ਸਾਡਾ ਇਹ ਵਿਜਨ ਆ ਜੀ ਸਾਡੇ ਜਿਹੜਾ ਸਾਡੇ ਨਾਲ ਹੋਇਆ ਇਹ ਗਾਂ ਸਾਡੇ ਜ਼ਿਮੀਦਾਰ ਭਰਾਵਾਂ ਨਾਲ ਅਗਲਿਆਂ ਨਾਲ ਨਾ ਹੋਵੇ ਹਾਂਜੀ ਉਹਨਾਂ ਦਾ ਫਾਇਦਾ ਜਿੱਥੇ ਤੱਕ ਹੋ ਸਕਦਾ ਅਸੀਂ ਕਰਾਂਗੇ ਔਰ ਕਰ ਵੀ ਰਹੇ ਹਾਂ ਅਲhamdulillah ਔਰ ਜਿੱਥੋਂ ਵੀ ਸਾਡੇ ਕੋਲ ਕੋਈ ਦੋਸਤ ਅਹਿਬਾਬ ਹੁੰਦੇ ਆ ਅਸੀਂ ਉਹਨਾਂ ਨੂੰ ਇਹਦੇ ਬਾਰੇ ਵਿੱਚ ਮੋਟੀਵੇਟ ਵੀ ਕਰਦੇ ਆ ਦੱਸਦੇ ਵੀ ਆ ਵੀ ਇਹ ਵੀ ਇੱਥੋਂ ਮਿਲਦਾ ਆ ਇੰਦੀ ਪਨੀਰੀ ਇਦਾਂ ਲੱਗਦੀ ਆ ਇਹਨੂੰ ਬੀਜਣ ਦਾ ਮੌਸਮ ਸਹੀ ਇਹ ਆ ਇਹਨੂੰ ਫਲ ਵੇਚਣ ਦਾ ਯਾਨੀ ਕਿ ਮਾਰਕੀਟਿੰਗ ਸਿਸਟਮ ਕੀ ਆ ਹਰ ਬਾਰੇ ਦੇ ਵਿੱਚ ਅਸੀਂ ਹਰ ਉਹਨਾਂ ਨੂੰ ਸਹੂਲਤ ਦਿੰਨੇ ਆ ਤੁਸੀਂ ਇਹ ਚਾਹਦੇ ਆ ਕਿ ਦੂਸਰੇ ਲੋਕ ਇਹ ਕੰਮ ਕਰਨ ਬਿਲਕੁਲ ਜੀ ਅਸੀਂ ਤੇ ਚਾਹੁੰਦੇ ਆ ਤੁਸੀਂ ਇਹ ਕਹਿੰਦੇ ਆ ਕਿ ਅੱਛਾ ਕਾਰੋਬਾਰ ਹੈ ਅੱਛਾ ਕਾਰੋਬਾਰ ਆ ਤੇ ਅਸੀਂ 10 ਏਕੜ ਲਾ ਰਹੇ ਆ ਗਾ ਇਹ ਰੱਛਾ ਨਾ ਵੀ 10 ਨਾ ਲਾਈ ਤੁਸੀਂ ਸਿਟਰਸ ਦਾ ਬਾਗ ਵੀ ਲਾਇਆ ਹੈ ਹਾਂਜੀ ਸਿਟਰਸ ਦਾ ਵੀ ਮੇਰਾ 13 ਏਕੜ ਬਾਗ ਆ ਅਲ ਹਮਦੁਲਿਲਾ ਕੀ ਕੀ ਆ ਉਹ ਸਿਟਰਸ ਦੇ ਵਿੱਚ ਸਟ੍ਰੈਸ ਦੇ ਵਿੱਚ ਸਾਡੇ ਕੋ ਕਿੰਨੂ ਆ ਸਮੀ ਹੈ ਜੀ ਫਰੂਟਰ ਤੁਸੀਂ ਸਮੀ ਕਿੰਨੂ ਨਾਲੋਂ ਇਹਨੂੰ ਪ੍ਰੋਫਿਟੇਬਲ ਲੱਭ ਸਮਝਦੇ ਆ ਜੇ ਅਸੀਂ ਜੇ ਇਹਨੂੰ ਪ੍ਰੋਫਿਟੇਬਲ ਸਮਝਦੇ ਆ ਉਹ ਅਗਰ 3 3.5 ਲੱਖ ਦਾ ਜਾਂ 4 ਲੱਖ ਦਾ ਸਾਨੂੰ ਉਹਦੀ ਅਰਨਿੰਗ ਹੈ ਹਾਂਜੀ ਪਰ ਯਰ ਹਾਂਜੀ ਤੇ ਇਹਦੀ ਅਲਹਮਦੁਲਿਲਾ ਸਾਨੂੰ ਕਹਿ ਸਕਦੇ ਆ ਵੀ 10 ਤੋਂ 15 ਲੱਖ ਰੁਪਏ ਮਾਸ਼ਾਅੱਲਾ ਜੀ ਵੈਸੇ ਵਕਾਸ ਸਾਹਿਬ ਤੁਸੀਂ ਗੱਲ ਨੂੰ ਬੈਲੈਂਸ ਕਰ ਗਏ ਮੈਂ ਇੱਕ ਵੀਡੀਓ ਦੇਖੀ ਸੀ YouTube ਤੇ ਉਹਦੇ ਉੱਤੇ ਵੀ ਪਪੀਤੇ ਦੇ ਇੱਕ ਕਾਸ਼ਤਕਾਰ ਆ ਤੇ ਉਹ ਵੀ ਹਰਾਈ ਆ ਉਹ ਕਹਿੰਦੇ ਮੈਂ ਨਹੀਂ ਚਾਹਾਂਗਾ ਕੋਈ ਹੋਰ ਮੈਦਾਨ ਦੇ ਵਿੱਚ ਆਵੇ ਤਾਂ ਮੇਰਾ ਪ੍ਰੋਫਿਟ ਜਿਹੜਾ ਨਾ ਘਟੇ ਤੇ ਤੁਸੀਂ ਕਹਿਤਾ ਕਿ ਆਣ ਅਸੀਂ ਤੇ ਚਾਹੁੰਦੇ ਸਾਡੇ ਮਤਲਬ ਬੰਦਾ ਜਿਹੜੇ ਹਨ ਜੀ ਉਹ ਚਾਹੁੰਦੇ ਸਾਡਾ ਯੂਥ ਬਾਹਰ ਨਾ ਜਾਵੇ ਲੋਕਾਂ ਦੀ ਗੁਲਾਮੀ ਨਾ ਕਰੇ ਸੁਭਾਨ ਅੱਲਾ ਜੀ ਸਾਨੂੰ ਤੇ ਇਸ ਗੱਲ ਦੀ ਖੁਸ਼ੀ ਆ ਸਾਡਾ ਯੂਥ ਆਪਣੀਆਂ ਜ਼ਮੀਨਾਂ ਜੇ ਕਿਸ ਦੀ ਇੱਕ ਏਕੜ ਜ਼ਮੀਨ ਆ ਉਹ 1 ਏਕੜ ਹੀ ਲਾਵੇ ਨੂੰ ਜ਼ਰੂਰਤ ਨਹੀਂ 4 ਏਕੜ ਲਾਉਣ ਦੀ ਉਹ 1 ਏਕੜ ਲਾਵੇ ਉਹਨਾਂ 'ਚ ਮਿਹਨਤ ਕਰੋ ਔਰ 1 ਏਕੜ ਦੇ ਵਿੱਚੋਂ 10 ਤੋਂ 15 ਲੱਖ ਕਮਾ ਸਕਦਾ ਹੈ 10 ਤੋਂ 15 ਲੱਖ ਇੱਕ ਏਕੜ ਦੇ ਵਿੱਚੋਂ ਹਾਂਜੀ ਇਹ ਕੰਮ ਜ਼ਕਮ ਵਕਾਸ਼ ਸਾਹਿਬ ਮੈਨੂੰ ਹਜ਼ਮ ਨਹੀਂ ਹੋ ਰਹੀ ਗੱਲ ਫੇਰ ਦੁਬਾਰਾ ਕਿਓ ਕਿੰਨੇ ਕਮਾ ਸਕਦੇ 10 ਤੋਂ 15 ਲੱਖ ਜੀ ਇਹ ਚੀਮਾ ਸਾਹਿਬ ਵੀ ਕਹਿੰਦੇ ਝੂਠਾ ਇਸ ਵੇਲੇ ਦਿਨ ਜਦੋਂ ਕੋਈ ਵੀ ਬੰਦਾ ਸੁਣਦਾ ਝੂਠ ਹੀ ਲੱਗਦੀ ਹੈ ਤੇ ਬਾਅਦ ਵਿੱਚ ਚੀਮਾ ਸਾਹਿਬ ਤੁਸੀਂ ਇਹਨੂੰ ਤਸਦੀਕ ਕਰਦੇ ਕਿ ਇੰਨਾ ਹੋ ਜਾਂਦਾ ਪ੍ਰਾਪਰਟੀ ਲੋ ਜੀ ਚੀਮਾ ਸਾਹਿਬ ਜਿਹੜੇ ਹੈ ਵੀ ਦੂਸਰੇ ਪਿੰਡ ਤੋਂ ਬਲਕਿ ਇੱਥੋਂ ਤੀਜੇ ਚੌਥੇ ਤੋਂ ਉਹ ਵੀ ਤਸਦੀਕ ਕਰ ਰਹੇ ਤੇ ਵੱਟ ਸਾਹਿਬ ਵੀ ਕਰ ਰਹੇ ਇਸ ਵਾਸਤੇ ਇਹ ਅੱਛਾ ਤੁਸੀਂ ਇੱਥੇ ਦਾ ਰਾਹ ਦੱਸੋ ਜੇ ਕਿਸੇ ਨੇ ਆਣਾ ਹੋਵੇ ਡਾਰਾਂ ਵਾਲੇ ਪਹੁੰਚ ਕੇ ਫਿਰ ਕਿੱਧਰ ਦੀ ਆਣਾ ਡਾਰਾਂ ਵਾਲੇ ਜਦੋਂ ਪਹੁੰਚ ਜਾਵੇ ਤੇ ਨਾਲ ਜੀ ਨਹਿਰ ਦੇ ਉੱਤੇ ਉਹਦਾ ਰਸਤਾ ਆਉਣਾ ਜੀ ਛੋਟਾ ਛੇਤਰ 176 ਮੁਰਾਦ ਛੋਟਾ ਹਾਂਜੀ ਸਰਵਰ ਨੰਬਰਦਾਰ ਮੇਰੇ ਵਾਲਾ ਸਾਹਿਬ ਦਾ ਨਾਮ ਹੈ ਤੇ ਇਸ ਸਾਡਾ ਹੀ ਚੱਕੇ ਹਾਂਜੀ ਤੇ ਸਾਡੇ ਅਲ ਹਮਦੁਲਿਲਾ ਇੱਥੇ 18 ਮਰਬੇ ਜ਼ਮੀਨ ਵੀ ਆ ਮਾਸ਼ਾ ਅੱਲਾ ਜੀ ਸਾਡੇ ਪੁਰਦਾਦੇ ਦੀ ਠੀਕ ਆ ਜੀ ਤੇ ਗਾਂ ਸਾਨੂੰ ਵੰਡ ਦੇ ਵਿੱਚ ਜੀ ਕੋਈ 5 ਕਿ ਮਰਬੇ ਆਈ ਚਲੋ 4 ਮਰਬੇ 18 ਅੱਲਾ ਬਰਕਤ ਦੇ ਜੀ ਤੁਸੀਂ ਹੁਣ 18 ਆਲਾ ਦੋਹਾਂ ਕਿ ਏਕੜਾਂ ਚੋਂ ਕੰਮ ਲਈ ਜਾਣਦੇ ਆ ਉਦੋਂ 18 ਮਰਬਿਆਂ ਚ ਵੀ ਇੰਨੀ ਕੀਮਤ ਅਸੀਂ ਤਾਂ ਬਿਲਕੁਲ ਜਿੱਦਣੇ ਲਾਇਆ ਸੀ ਐਜ਼ ਅ ਸ਼ੁਗਲ ਤੇ ਐਜ਼ ਅ ਫਨ ਲਾਇਆ ਸੀ ਵੀ ਅਸੀਂ ਚੁੰਦੇ ਸੀ ਵੀ ਸਿਰਫ ਮੇਰੇ ਦੋਸਤ ਨੇ ਆਬਦ ਬਾਟ ਸਾਹਿਬ ਅਸੀਂ ਇਕੱਠੇ ਫਿਰਨ ਦਾ ਬਹਾਨਾ ਸੀ ਸਾਡਾ ਜੀ ਠੀਕ ਆ ਜੀ ਤੇ ਸਾਨੂੰ ਕੋਈ ਪੁੱਛੇ ਦੱਸੇ ਨਾ ਜੀ ਉਹ ਅਸੀਂ ਇਹ ਪਪੀਤਾ ਲਾ ਲਿਆ ਵੀ ਤਾਂ ਕਿ ਕੋ ਕੰਮ ਨੂੰ ਸ਼ੁਰੂ ਕਰ ਲਈਏ ਦੱਸਣ ਵਾਲੇ ਬਣੀਆਂ ਵੀ ਘਰ ਅਸੀਂ ਆਪਣਾ علیحدਾ ਕੰਮ ਕਰਦੇ ਆਂ ਅਸੀਂ ਬਿਲਕੁਲ ਨਹੀਂ ਸੀ ਸਮਝਦੇ ਵੀ ਪਪੀਤੇ ਦੇ ਵਿੱਚੋਂ ਇੰਨੀ ਬਚਤ ਆ ਸਕਦੀ ਹੈ ਠੀਕ ਹੋ ਗਿਆ ਲੇਕਿਨ ਜਿੱਦਣ ਦੀ ਪਪੀਤੇ ਤੋਂ ਬਚਤ ਆਈ ਹੈ ਅਸੀਂ ਕਹਿੰਨੇ ਆ ਵੀ ਹੁਣ ਫਰਨੈਚ ਨੂੰ ਛੱਡ ਕੇ ਕੰਮ ਹੀ ਕਰ ਲੈਣਾ ਚਾਹੀਦਾ ਠੀਕ ਹੈ ਜੀ ਕੰਮ ਮਾਸ਼ਾਅੱਲਾ ਇਹਦੇ ਵਿੱਚ ਬਰਕਤ ਵੀ ਆ ਆਪਦਾ ਆ ਹਲਾਲ ਦੀ ਰੋਜ਼ੀ ਆ ਇਹਦੇ ਵਿੱਚ ਹਰਾਮ ਕੋਈ ਨਹੀਂਗਾ ਲੋਕਾਂ ਨੂੰ ਫਰੂਟ ਦਿੰਨੇ ਆ ਉਹ ਫਰੂਟ ਦਿੰਨੇ ਆ ਜਿੰਦੀ ਵਜ੍ਹਾ ਨਾਲ ਲੋਕਾਂ ਨੂੰ ਫਾਇਦਾ ਵੀ ਹੁੰਦਾ ਆ ਇਹਦੇ ਨਾਲ ਡਿੰਗੀ ਬੁਖਾਰ ਵਾਸਤੇ ਬਹੁਤ ਅੱਛਾ ਮਿੱਦੇ ਵਾਸਤੇ ਬਹੁਤ ਅੱਛਾ ਫਰੂਟ ਆ ਜੀ ਇਹ ਅੱਛਾ ਜੀ ਜਿਹੜੇ ਬੰਦੇ ਨੇ ਯੂਜ਼ ਕੀਤਾ ਉਹਨਾਂ ਤੇ ਬਿਲਕੁਲ ਪਤਾ ਹੋਏਗਾ ਕਿਉਂਕਿ ਅੱਜ ਕੱਲ ਡਾਕਟਰ ਹਜ਼ਰਤ ਵੀ ਇਹਦਾ ਹੀ ਰეკਮੈਂਡੇਸ਼ਨ ਕਰ ਰਹੇ ਆ ਠੀਕ ਹੈ ਤੇ ਅਸੀਂ ਵੀ ਕਵਾਂਗੇ ਇਹਦੇ ਤੇ ਜਦੋਂ ਡਿੰਗੀ ਆਈ ਸੀ ਇਹਦੇ ਪੱਤੇ ਵੀ 2-200 ਰੁਪਏ ਦੇ ਵਿਕ ਗਿਆ ਸੀ ਠੀਕ ਹੈ ਜੀ ਇੱਕ ਇੱਕ ਪੱਤਾ 200 ਰੁਪਏ ਇੱਕ ਇੱਕ ਪੱਤਾ 2-200 ਰੁਪਏ ਦਾ ਸੇਲ ਹੋਇਆ ਜੀ ਸਾਡੇ ਕੋਲ ਇੱਕ ਕੰਪਨੀ ਵੀ ਆਈ ਫਾਰਮਾਸਿਊਟੀਕਲ ਹੈ ਸੀ ਕੰਪਨੀ ਹਾਂਜੀ ਪ੍ਰਾਈਵੇਟ ਉਹ ਸਾਨੂੰ ਉਹਨਾਂ ਨੇ ਇਹ ਵੀ ਆਫਰ ਕੀਤੀ ਸੀ ਵੀ ਸਾਨੂੰ ਤੁਸੀਂ ਇਹਨਾਂ ਦਾ ਸਿਰਫ ਮਿਲਕ ਦੇ ਦਿਓ ਹਰ ਇੱਕ ਦਾਣੇ ਦੇ ਵਿੱਚੋਂ ਪਪੀਤੇ ਦੇ ਹਰ ਦਾਣੇ ਦੇ ਵਿੱਚੋਂ ਜਦੋਂ ਤੁਸੀਂ ਲਾਓਗੇ ਇਹ ਚੋਂ ਇੱਕ ਨਿਕਲਦਾ ਆ ਹਾਂਜੀ ਦੁੱਧ ਮਿਲਕ ਠੀਕ ਹੈ ਉਹ ਮੈਡੀਸਨ ਦੇ ਵਿੱਚ ਵੀ ਯੂਜ਼ ਹੁੰਦਾ ਜੀ ਅੱਛਾ ਜੀ ਉਹ ਇਨਸਾਨੀ ਜ਼ਿੰਦਗੀ ਲਈ ਬਹੁਤ ਅੱਛੀ ਚੀਜ਼ ਆ ਅੱਛਾ ਜੀ ਉਹਦੇ ਨਾਲ ਤੁਹਾਡਾ ਐਂਟੀਬਾਇਓਟਿਕ ਕਹਿ ਸਕਦੇ ਹੋ ਇਹਨੂੰ ਹਾਂਜੀ ਠੀਕ ਹੈ ਬਿਮਾਰੀਆਂ ਦੇ ਖਿਲਾਫ ਉਹਦੇ ਵਿੱਚ ਖੂਬ ਤੇ ਮੁਦਫਤ ਹੈ ਅੱਛਾ ਜੀ ਸਰ ਫਰਾਜ ਸਾਹਿਬ ਇੱਕ ਗੱਲ ਹੋਰ ਮੈਂ ਕਰਨਾ ਚਾਹੁੰਦਾ ਜਦੋਂ ਸਾਡਾ ਬਾਗ ਤਿਆਰ ਹੋ ਗਿਆ ਸੀ ਨਾ ਹਾਂਜੀ ਫਲ ਪਹਿਲਾ ਇਹਦਾ ਤਿਆਰ ਹੋ ਗਿਆ ਸੀ ਜੇ ਤੋੜਨਾ ਅਸੀਂ ਸ਼ੁਰੂ ਨਹੀਂ ਸੀ ਕੀਤਾ ਹਾਂਜੀ ਸਰ ਕੋ ਪਾਰਟੀ ਆਈ ਸੀ ਸਾਨੂੰ 1 ਏਕੜ ਦਾ 9 ਲੱਖ ਰੁਪਇਆ ਦਿੰਦੇ ਸੀ ਪਰ ਏਕੜ 9 ਲੱਖ ਰੁਪਇਆ ਕਾਹਦਾ ਦਿੰਦੇ ਸੀ ਸਾਲ ਦਾ ਇੱਕ ਸਾਲ ਦਾ 9 9 ਲੱਖ ਰੁਪਇਆ ਪਰ ਏਕੜ ਅੱਛਾ ਜੀ ਫਰੂਟ ਦਾ ਫਰੂਟ ਦਾ ਠੀਕ ਹੈ ਜੀ ਇਹ ਉਹਨਾਂ ਨੇ ਚੜਾਈ ਕਰਨੀ ਸੀ ਅੱਛਾ ਜੀ 2 ਏਕੜ ਸੀ ਸਾਡੇ ਸਾਨੂੰ 18 ਲੱਖ ਰੁਪਇਆ ਦਿੰਦੇ ਸੀ ਅਸੀਂ ਨਹੀਂ ਦਿੱਤਾ ਵਾਹ ਜੀ ਵਾਹ ਯਾਨੀ ਤੁਸੀਂ ਇਹ ਸਮਝਦੇ ਆਂ ਕਿ ਤੁਸੀਂ 9 ਲੱਖ ਤੋਂ ਜ਼ਿਆਦਾ ਕਮਾਉਣਾ ਜ਼ਿਆਦਾ ਕਮਾਉਣਾ ਸੀ ਹਾਂਜੀ ਹੁਣ ਤੁਹਾਨੂੰ ਤੋੜਦਿਆਂ ਨੂੰ ਹਜੇ 2 3 ਮਹੀਨੇ ਨਹੀਂ ਹੋਏ 3 ਮਹੀਨੇ ਹੋਏ ਪੂਰੇ ਨਹੀਂ ਹੋਏ ਹਾਂਜੀ ਤੇ ਤੁਸੀਂ ਇਹਨਾਂ 3 ਮਹੀਨਿਆਂ ਚ ਰਿਜ਼ਲਟ ਕੱਢ ਲਿਆ ਕੱਢ ਲਿਆ ਠੀਕ ਹੈ ਹੋਰ ਕੁਝ ਤੁਸੀਂ ਦੱਸਣਾ ਚਾਹੁੰਦੇ ਹੋ ਜਿਹੜੇ ਨਵੇਂ ਜ਼ਿੰਮੇਵਾਰ ਲਾਣਾ ਚਾਹੁੰਦੇ ਆ ਇਹਦੀ ਹਫਾਜ਼ਤ ਵਾਸਤੇ ਅੱਛਾ ਮੈਂ ਸ਼ੇਖੂਪੁਰ ਦੇ ਵਿੱਚ ਇੱਕ ਗਿਆ ਸੀ ਤੇ ਉਹਨਾਂ ਦੇ ਸੇਹ ਨੇ ਬੜਾ ਨੁਕਸਾਨ ਕੀਤਾ ਸੀ ਤੁਹਾਡੇ ਵੀ ਸੇਹ ਹੈ ਨਹੀਂ ਸਾਡੇ ਸੇਹਤ ਨਹੀਂ ਹੈ ਇੱਥੇ ਜੀ ਹਾਂਜੀ ਲੇਕਿਨ ਉਹ ਸੇਹ ਦਾ ਜਿਹੜਾ ਹਾਲ ਹੈ ਜੀ ਉਹ ਰੇਤਲਾ ਜਿੱਥੇ ਕਿਤੇ ਰੇਤਲੀ ਜ਼ਮੀਨ ਆ ਉਹਦੇ ਵਿੱਚ ਸੇਹ ਦਾ ਹੈ ਮਸਲਾ ਉਹ ਸਾਡੇ ਕੋ ਵੀ ਲੋਕ ਸਾਨੂੰ ਵੀ ਕਾਲਸ ਕਰਦੇ ਨੇ ਹਾਂਜੀ ਕਿ ਸੇਹ ਸਾਡੇ ਰਕਬੇ ਨੂੰ ਪੈ ਗਈ ਤੋਂਦਾ ਇਹ ਹਾਲਾ ਜੀ ਉਹਦੇ ਵਾਸਤੇ ਤੁਹਾਨੂੰ ਕੋਈ ਡੌਗਸ ਵਗੈਰਾ ਰੱਖ ਕੇ ਉਹਨਾਂ ਨੂੰ ਪકડਣਾ ਆ ਉਹਨਾਂ ਨੂੰ ਤਲਫ ਕਰਨਾ ਪਏਗਾ ਜਿਹੜੇ ਆਵਾਰਾ ਕੁੱਤੇ ਉਹਨਾਂ ਰੋਟੀ ਪਾਣੀ ਸ਼ੁਰੂ ਕਰਦੇ ਬਿਲਕੁਲ ਜੀ ਉਹ ਪਾਣੀ ਪੈ ਗਈ ਤੁਹਾਨੂੰ ਚਲੋ ਅੱਛੀ ਬਾਤ ਹੈ ਤੇ ਸਾਡੇ ਨਾਲ ਅਗਰ ਕਿਸੇ ਨੇ ਭੈਣ ਭਰਾ ਨੇ ਕਿਸੇ ਵੀ ਦੋਸਤ ਅਹਬਾਬ ਨੇ ਸਾਡੇ ਨਾਲ ਕੰਟੈਕਟ ਕਰਨਾ ਹੋਵੇ ਕਦਸੀ ਹੁੰਦਾ ਤੁਮ ਨੰਬਰ ਦੇ ਸਕਦੇ ਨੰਬਰ ਤੁਹਾਡਾ ਮੈਂ ਤਾਂ ਦੇਣਾ ਜੇ ਆਏ ਟੈਲੀਫੋਨ ਨੂੰ ਤੁਸੀਂ ਸੁਣੋ ਮੈਂ ਅੱਗੇ ਇੱਕ ਫਾਰਮਰ ਦਾ ਨੰਬਰ ਦਿੱਤਾ ਤੇ ਮੁੜ ਕੇ ਕਾਲਾਂ ਆਂਦੀਆਂ ਮੈਨੂੰ ਕਹਿੰਦੇ ਜੀ ਉਹ ਫਲਾਣਾ ਬੰਦਾ ਸਾਡੀ ਕਾਲ ਨਹੀਂ ਸੁਣਦਾ ਅਸੀਂ ਤਾਂ ਸਾਡੇ ਕੋਲ ਅੱਗੇ ਵੀ ਕੋਈ ਮੇਰਾ ਖਿਆਲ ਆ ਕੋ 30000 ਬੰਦੇ ਨੇ ਸਾਨੂੰ ਕਾਲ ਕਰ ਲਈ ਹੈ ਹੁਣ ਤੱਕ ਅਗਲੀ ਵੀਡੀਓ ਦੀ ਵਜ੍ਹਾ ਨਾਲ ਅੱਛਾ ਉਹ ਲੋਕ ਸਾਨੂੰ ਤਾਂ ਰਾਤ ਵੀ ਫੋਨ ਕਰ ਲੈਂਦੇ ਬਸ ਮਿਹਰਬਾਨੀ ਇਹ ਕਰੋ ਵੀ ਰਾਤ 8 ਵਜੇ ਤੋਂ ਦਿਨੇ 8 ਵਜੇ ਤੱਕ ਕੋਈ ਬੰਦਾ ਫੋਨ ਨਾ ਕਰੇ ਬਾਕੀ ਜਦੋਂ ਫੋਨ ਕਰੇ ਤੁਸੀਂ 8 ਵਜੇ ਸੌਂਦੇ ਨਹੀਂ ਹੁਣੇ 12 ਵਜੇ ਤੋਂ ਪਹਿਲੇ ਸੌਂਦੇ ਨਹੀਂ ਹੁੰਦੇ ਉਹ ਫਿਰ 4 ਉਸ ਤਰ੍ਹਾਂ ਨੇ ਇਹ ਹੀ ਹੁੰਦਾ ਕਿ ਫੋਨ ਆਵੇ ਤਾਂ ਵੇਖ ਕੇ ਕਿਤੇ ਤੂੰ ਚੱਕਾ ਕੇ ਵਖਾ ਮੈਨੂੰ ਅਸੀਂ ਫੋਨ ਨਹੀਂ ਚੱਕਦੇ ਉਹ ਨਹੀਂ ਨਹੀਂ ਜੀ ਅੱਛੀ ਗੱਲ ਆ ਜਿਹੜਾ ਤੁਹਾਨੂੰ ਫੋਨ ਕਰਦਾ ਉਹ ਕਿਸੇ ਦੁੱਖ ਤੋਂ ਕਿਸੇ ਤਕਲੀਫ ਤੋਂ ਕਿਸੇ ਮੁਹੱਬਤ ਤੋਂ ਕਰਦਾ ਬਿਲਕੁਲ ਫਿਰ ਦੋਸਤਾਂ ਨੂੰ ਟਾਈਮ ਦੇਣਾ ਚਾਹੀਦਾ ਜੀ ਸਰਫਰਾਜ਼ ਸਾਹਿਬ ਤੁਸੀਂ ਸ਼ੇਖੂਪੁਰ ਤੋਂ ਤਲੱਕ ਰੱਖਦੇ ਹੋ ਹਾਂਜੀ ਤੁਹਾਡੀ ਵੀਡੀਓ ਦੇਖ ਕੇ ਲੋਕਾਂ ਨੇ ਸਾਡੇ ਕੋਲ ਸ਼ੇਖੂਪੁਰ ਤੋਂ ਇੱਥੇ تشریف ਫਰਮਾਏ ਨੇ ਵਾਹ ਜੀ ਵਾਹ ਉਹ ਸ਼ੇਖੂਪੁਰ ਵਾਲੇ ਇਹ ਵੀ ਦੇਖਣਗੇ ਜੀ ਮੈਂ ਉਹਨਾਂ ਨੂੰ ਵੀ ਸਲਾਮ ਕਰਦਾ ਐਡੀ ਦੂਰ ਆਏ ਆ ਜੀ ਉਹ ਮੀਆਂ ਅੱਲਾ ਦਿੱਤਾ ਸਾਹਿਬ ਜੀ ਉਤੋਂ ਤਸ਼ਰੀਫ ਫਰਮਾ ਸੀ ਉਹਨਾਂ ਨੇ 10 ਏਕੜ ਦਾ ਬਾਗ ਲਾਣਾ ਸੀ ਮਾਸ਼ਾਅੱਲ੍ਲਾ ਬਿਲਕੁਲ ਉਹਦੇ ਬਰੇ ਚ ਹਰ ਇੱਕ ਕਿਸਮ ਦੀ ਰੈਮੇਜੀ ਹੋਰ ਕੀਤੀ ਸੀ ਉਹ ਰਾਈਂ ਬੰਦੇ ਦੀ ਜੋ ਕਹਿੰਦਾ ਮੇਰਾ ਨਫਾ ਕੋ ਹੋਰ ਨਾ ਲੈ ਜਾ ਉਹ ਤਾਂ ਸ਼ੁਗਲ ਚ ਕਰਤੀ ਵਟਸਾਪ ਚਲੋ ਹੁਣ ਤੁਸੀਂ ਕਰੋ ਮੈਂ ਕੰਮ ਕਰਨਾ ਚਾਹੁੰਦਾ ਵਾ ਉਹਨਾਂ ਦੇ ਮੈਂ ਉਹਨਾਂ ਦੀ ਗੱਲ ਦੇ ਨਾਲ ਹੀ ਗੱਲ ਕਰਨਾ ਚਾਹੁੰਦਾ ਵੀ ਜਿਹੜਾ ਪਪੀਤੇ ਦਾ ਏਕੜ ਆ ਨਾ ਜੀ ਇਹ 10 ਲੱਖ ਤੋਂ ਲੈ ਕੇ 40 ਲੱਖ ਰੁਪਏ ਤੱਕ ਇਨਕਮ ਦਿੰਦਾ ਜੀ ਇੱਕ ਸਾਲ 'ਚ ਦਿੰਦਾ ਵਾਹ ਜੀ ਵਾਹ ਜਿਨ੍ਹਾਂ ਗੁੜ ਪਾਓ ਉਹਨਾਂ ਮਿੱਠਾ ਜਿਨ੍ਹਾਂ ਗੁੜ ਪਾਓ ਅੱਛਾ ਇੱਕ ਆਮ WhatsApp ਤੁਹਾਡੀ ਗੱਲ ਕੱਟ ਹੋ ਗਈ ਇਹ ਆਮ ਗੱਲ ਕਹੀ ਜਾਂਦੀ ਜੀ ਹੁਣ ਪਪੀਤਾ ਲੱਗ ਹੀ ਇੰਨਾ ਜਾਣਾ ਇਹਦਾ ਰੇਟ ਡਿੱਗ ਪੈਣਾ ਉਹਦੇ ਬਾਰੇ ਕੀ ਕਹਿੰਦੇ ਤੁਸੀਂ ਨਹੀਂ ਨਹੀਂ ਜੀ ਕੋਈ ਨਹੀਂ ਰੇਟ ਕਿੰਨਾ ਕੁ ਡਿੱਗ ਜਾਏਗਾ ਜੀ ਔਰ ਡਿਗ ਵੀ ਜਾਏਗਾ ਤੇ ਖਾਣ ਵਾਲੇ ਵੀ ਤੇ ਵਧੀ ਜਾਂਦੇ ਆ ਲੋਕਾਂ ਨੂੰ ਅਵੇਅਰਨੈਸ ਵੀ ਤੇ ਹੋਈ ਜਾਂਦੀ ਆ ਲੋਕਾਂ ਨੂੰ ਪਹਿਲੇ ਇਸ ਤੋਂ ਪਹਿਲਾਂ ਕੋਈ ਲੋਕਾਂ ਨੂੰ ਅਵੇਅਰਨੈਸ ਨਹੀਂ ਸੀ ਆ ਵੀ ਅਸੀਂ ਇਹ ਪਪੀਤਾ ਵੀ ਕੀ ਸ਼ਾਇਆ ਮਾਰਕੀਟ ਜਾਂਦਾ ਇਹ ਕਹਿੰਦੇ ਇਹ ਕੀ ਰੈਂਡ ਕਰਬੂਜ਼ਾ ਆਪਣੇ ਇਲਾਕੇ 'ਚ ਤੇ ਬਿਲਕੁਲ ਇੱਥੇ ਨਹੀਂ ਸੀ ਪਤਾ ਸਾਡੇ ਹਾਂਜੀ ਤੇ ਹੁਣ ਇੱਥੇ ਵੀ ਲੋਕ ਸਾਡੇ ਹੁਣ ਇੱਥੇ ਦੇ ਲੋਕ ਜਿਨ੍ਹਾਂ ਨੂੰ ਬਿਲਕੁਲ ਵੀ ਨਹੀਂ ਪਤਾ ਕੋਈ ਮਜ਼ਦੂਰ ਤਬਕਾ ਵੀ ਆ ਐਕਚੁਅਲੀ ਫਰੂਟ ਜਿਹੜਾ ਆ ਇਹ ਗਰੀਬਾਂ ਦਾ ਫਰੂਟ ਤਾਂ ਹੈ ਨਹੀਂ ਇਹ ਹੈ ਅਮੀਰਾਂ ਦਾ ਫਰੂਟ ਇਹਦਾ ਜ਼ਾਇਕਾ ਇੰਨਾ ਵੈਲ ਨਹੀਂ ਹੈ ਹਾਂਜੀ ਜਿਹੜਾ ਗਰੀਬ ਬੰਦਾ ਆ ਉਹਨੇ ਜੀ ਆਂਬ ਵੀ ਲੈ ਲੈਣਾ ਤੇ ਉਹਨੇ ਕਿੰਨੂ ਵੀ ਲੈ ਲੈਣਾ ਤੇ ਉਹਨੇ ਕਿਹਾ ਜੀ ਮਿੱਠਾ ਹੈ ਤੇ ਠੀਕ ਹੈ 50 ਰੁਪਏ ਕਿਲੋ ਆ। ਠੀਕ ਹੈ। ਜਾਂ 40 150 ਰੁਪਏ ਕਿਲੋ ਵਾਲੀ ਚੀਜ਼ ਆ। ਠੀਕ ਗਰੀਬ ਨੇ ਜੇ 400 ਦਿਹਾੜੀ ਕਰਕੇ 150 ਰੁਪਏ ਦਾ ਫਰੂਟ ਤੇ ਨਹੀਂ ਲੈਣਾ। 150 ਦਾ ਤਾਂ ਦਾਣਾ ਵੀ ਛੋਟਾ ਜਿਹਾ ਹੋਣਾ ਹੈ ਤੇ ਇੱਕ ਬੰਦਾ ਹੀ ਖਾ ਸਕਦਾ। ਸਹੀ ਹੈ। ਠੀਕ ਹੈ। ਹਾਂਜੀ। ਤੇ ਇਹ ਅਮੀਰਾਂ ਦਾ ਫਰੂਟ ਹੈ ਜਿਨ੍ਹਾਂ ਨੂੰ ਬਿਮਾਰੀਆਂ ਲੱਗਦੀਆਂ ਤੇ ਉਹ ਖਾਂਦੇ ਨੇ ਮਜਬੂਰੀ ਨਾਲ। ਠੀਕ ਤੇ ਅੱਜ ਕੱਲ ਲੇਕਿਨ ਗਰੀਬ ਲੋਕ ਵੀ ਖਾ ਰਹੇ ਅਸੀਂ ਤੇ ਚਾਹੁੰਦੇ ਆ ਵੀ ਇਹ ਇੰਨਾ ਜ਼ਿਆਦਾ ਸਾਨੂੰ ਪੈਸਾ ਕਮਾਉਣਾ ਕੋਈ ਜ਼ਰੂਰੀ ਨਹੀਂਗਾ ਪੈਸਾ ਵੈਸੇ ਰੱਬ ਨੇ ਬਹੁਤ ਦਿੱਤਾ ਲੇਕਿਨ ਜ਼ਰੂਰੀ ਇਹ ਆ ਵੀ ਸਾਡੇ ਕੋਈ ਲੋਕਾਂ ਦਾ ਇੰਦੀ ਵਜ੍ਹਾ ਨਾਲ ਫਾਇਦਾ ਹੋਵੇ ਬਹੁਤ ਅੱਛੀ ਗੱਲ ਆ ਬਹੁਤ ਅੱਛੀ ਸੋਚ ਆ ਜੀ ਤੇ ਤੁਸੀਂ ਅੱਲਾ ਦੇ ਬੰਦਿਆਂ ਲਈ ਆਸਾਨੀ ਪੈਦਾ ਕਰੋ ਅੱਲਾ ਤੁਹਾਡੇ ਲਈ ਕਰੇਗਾ ਇਹ ਯੂਨੀਵਰਸਲ ਟਰੁਥ ਆ ਔਰ ਹਕੀਕਤ ਵੀ ਇਹ ਹੀ ਆ ਜੀ ਜੀ ਬਿਲਕੁਲ ਠੀਕ ਆ ਜੀ ਅੱਛਾ ਇਹ ਫਲ ਜਿਹੜਾ ਤੋੜਨਾ ਕਿਸ ਤਰ੍ਹਾਂ ਦਾ ਚਾਹੀਦਾ ਫਲ ਤੋੜਨਾ ਜੀ ਥੋੜਾ ਜਿੰਦਾ ਕਲਰ ਚੇਂਜ ਹੋ ਜਾ ਆ ਜਿਹੜਾ ਹੈ ਇਹਦੇ ਵਿੱਚ ਹੈ ਆ ਦੇਣਾ ਜੀ ਤੋੜਨ ਵਾਲਾ ਜੀ ਇਹ ਤੋੜਨ ਵਾਲਾ ਤਾਂ ਹੈ ਲੇਕਿਨ ਇਹਦੇ ਤੇ ਆ ਦਾਗ ਕਾ ਦੇ ਇਹਦੇ ਤੇ ਦਾਗ ਆ ਜੀ ਇਹ ਸਿਰਫ ਪੱਕ ਗਿਆ ਦਾਣਾ ਤੇ ਪੱਕਣ ਤੋਂ ਬਾਅਦ ਜਿੰਦਾ ਇਹ ਇਹਨੂੰ ਤੋੜਨ ਦਾ ਤਰੀਕਾ ਜਿਹੜਾ ਜੀ ਹਾਂ ਜੀ ਤੋੜ ਕੇ ਦਿਖਾ ਲਓ ਨਾ ਆਪ ਮੋਬਾਈਲ ਉਰੇ ਫੜਾ ਕੇ ਹਾਂ ਲਓ ਜੀ ਇਹ ਤੋੜ ਲਓ ਸਿਰਫ ਇਹਨੂੰ ਪੱਕਣਾ ਤੇ ਇਦਾਂ ਤੋੜ ਲੈਣਾ ਜੀ ਇਹ ਦਾਣਾ ਤਿਆਰ ਆ ਅੱਛਾ ਜੀ ਇਹ ਜਿਹੜਾ ਇਹਨੂੰ ਤੋੜਨ ਤੋਂ ਸੌਰੀ ਬਾਅਦ ਇਦਾਂ ਉਲਟਾ ਕਰਨਾ ਚਾਹੁੰਦੇ ਵਿੱਚੋਂ ਇਹ ਦੁੱਧ ਨਿਕਲ ਰਿਹਾ ਇਹ ਦੁੱਧ ਇਹ ਦੁੱਧ ਫਾਰਮਾਸਿਊਟੀਕਲ ਵਾਲੇ ਖਰੀਦਣਾ ਚਾਹੁੰਦੇ ਆ ਜੀ ਹਾਂਜੀ ਠੀਕ ਹੋ ਗਿਆ ਜੀ ਯਾਨੀ ਇਹਦੀ ਹਰ ਚੀਜ਼ ਫਾਇਦੇ ਦੀ ਹਾਂਜੀ ਹਾਂਜੀ ਫਲ ਖਾਣ ਵਾਸਤੇ ਦੁੱਧ ਦਵਾਈਆਂ ਵਾਸਤੇ ਪੱਤਾ ਡੇਂਗੀ ਵਾਸਤੇ ਬਿਲਕੁਲ ਬਿਲਕੁਲ ਠੀਕ ਹੋ ਗਿਆ ਜੀ ਇਹ ਦੁੱਧ ਅਗਰੇ ਦੇ ਉੱਤੇ ਲੱਗ ਜੇ ਤਾਂ ਦਾਗ ਬਣ ਜਾਂਦਾ ਦਾਗ ਬਣ ਜਾਂਦਾ ਉੱਥੋਂ ਗਲ ਜਾਂਦਾ ਹੋਏਗਾ ਗਲਦਾ ਬਹੁਤ ਛੇਤੀ ਹੈ ਹੋਰ ਕੋਈ ਗੱਲਬਾਤ ਕਹਿਣਾ ਚਾਹਣੇ ਹੋਰ ਤਾਂ ਜੀ ਅਸੀਂ ਇਹ ਕਹਿੰਦੇ ਵੀ ਸਾਡੇ ਭੈਣ ਭਰਾ ਲਾਉਣ ਦੇ ਦਾ ਫਾਇਦਾ ਹਾਂਜੀ ਠੀਕ ਆ ਜੀ ਵਿਕਾਸ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਵੀਡੀਓ ਮੈਂ ਦੇ ਆਖਰ ਤੇ ਨੰਬਰ ਦੇਵਾਂਗਾ ਤੇ ਦੋਸਤਾਂ ਨੂੰ ਮੈਂ ਕਾਹਾਂਗਾ ਕਿ ਅਗਰ ਤੁਸੀਂ ਦਿਨ ਰਾਤ ਮੁੰਡੇ ਬਹੁਤ ਅੱਛੇ ਆ ਜੀ ਇਹਨਾਂ ਦੇ ਨਾਲ ਰਾਬਤਾ ਕਰੋ ਪੂਰੀ ਰਹਿਨਮਾਈ ਦੇਣਗੇ 20 ਦਾ ਇਹਨਾਂ ਨੇ ਇਹ ਦੱਸਿਆ ਕਿ 20 ਸਿਰਫ ਉਥੋਂ ਹੀ ਨਹੀਂ ਲੱਭਦਾ ਇਹਨਾਂ ਕੋਲੋਂ ਵੀ ਲੱਭ ਜਾਏਗਾ ਹੋਰ ਵੀ ਪਾਕਿਸਤਾਨ ਦੇ ਵਿੱਚ ਲੋਕ ਕੋਸ਼ਿਸ਼ ਕਰ ਰਹੇ ਹੋਰ ਪਾਕਿਸਤਾਨ ਚ ਲੋਕ ਲੱਭ ਜਾਂਦੇ ਲੇਕਿਨ ਉਹ ਕੀ ਕਰ ਰਹੇ ਨੇ ਅਸੀਂ ਉਹ ਹੀ 20 8500 ਰੁਪਏ ਦਾ ਉਹਨਾਂ ਕੋਲੋਂ ਹੀ ਲਿਆ ਹਾਂਜੀ ਹੁਣ ਉਹੋ ਹੀ ਸਾਨੂੰ 12000 ਰੁਪਏ ਸੌਣ ਲੱਗ ਪਿਆ ਸਿਰਫ ਸਾਡੇ ਲੋਗ ਜਦੋਂ ਲੋਗਾਂ ਨੂੰ ਅਵੇਰਨੈਸ ਹੋਈ ਆ ਵੀ ਇਹਨੂੰ ਲਾਉਣ ਚ ਫਾਇਦਾ ਆ ਜੀ ਏਸੀ ਤਰ੍ਹਾਂ ਐਕਚੁਅਲੀ ਸਾਡੇ ਜਿਹੜਾ ਹਾਲਾਤ ਆ ਵਾਈਆਂ ਦੇ ਤਾਂ ਹੈ ਨਹੀਂ ਅੱਛਾ ਇਹਦੀ ਸਟਾਰਟ ਕਰ ਦਿੰਦੇ ਆ ਨਾ ਕਿਸਮਾਂ ਦੱਸੋ ਕਿਸਮਾਂ ਦੱਸੋ ਕਿਹੜੀਆਂ ਕਿਹੜੀਆਂ ਲੱਗ ਸਕਦੀਆਂ ਰੈੱਡ ਲੇਡੀ ਆ ਸੰਟਾ ਰੈੱਡ ਆ ਆ ਜਿਹੜਾ ਲੱਗਾ ਰੈੱਡ ਲੇਡੀ ਆ ਇਹ ਰੈੱਡ ਲੇਡੀ ਲਾਇਆ ਹੋਇਆ ਜੀ ਇਹਨੂੰ ਸੰਟਾ ਵੀ ਹੈ ਤੁਹਾਡੇ ਹਾਂਜੀ ਸੰਟਾ ਦੇ ਜਿਹੜੇ ਪੌਦੇ ਆ ਜੀ ਉਹਨਾਂ ਨੂੰ ਆਪਣੇ ਵਾਇਰਸ ਪੈਂਦੇ ਆ ਉਹ ਪੌਦੇ ਨਹੀਂ ਠੀਕ ਰਹਿੰਦੇ ਜਿਦਾਂ ਤੁਸੀਂ ਆ ਦੇਖ ਸਕਦੇ ਆ ਖਰਾਬ ਹੋਇਆ ਪੌਦਾ ਇਹ ਸੰਟਾ ਦਾ ਸੀ ਹਾਂਜੀ ਇਹ ਸੰਟਾ ਦਾ ਪੌਦਾ ਸੀਗਾ ਸੀ ਤੇ ਜਿਵੇਂ ਸਾਬ ਉਹ ਪੌਦੇ ਐਬੋਦਾ ਐਬੋਦਾ ਜੀ ਸੰਟਾ ਦਾ ਸੀ ਜਣੀ ਸੰਟਾ ਨੂੰ ਬਿਮਾਰੀ ਜ਼ਿਆਦਾ ਆਂਦੀ ਹੈ ਤੇ ਫਾਲੇ ਦਾ ਕਿਸ ਤਰ੍ਹਾਂ ਦਾ ਹੁੰਦਾ ਇਹਦੇ ਨਾਲ ਮਿਲਦਾ ਜੁਲਦਾ ਹੀ ਹੁੰਦਾ ਹੈ ਸ਼ਕਲ ਇਹ ਫਾਲ ਥੋੜਾ ਜਿਆਦਾ ਇਹਦੇ ਨਾਲੋਂ ਮਿੱਠਾ ਹੁੰਦਾ ਜੀ ਹਾਂਜੀ ਅੱਛਾ ਜੀ ਡਿਫਰੈਂਟ ਹੁੰਦਾ ਤੇ ਲੇਕਿਨ ਜਿਹੜਾ ਇਹ ਉਹਦਾ ਫਲ ਤੇ ਥੋੜਾ ਜਿਆਦਾ ਮਿੱਠਾ ਹੋਏਗਾ ਇਹਦਾ ਰੈੱਡ ਲੇਡੀ ਨਾਲੋਂ ਮਿੱਠਾ ਹੋਏਗਾ ਹਾਂਜੀ ਲੇਕਿਨ ਇਹ ਜਲਦੀ ਖਰਾਬ ਹੋ ਜਾਂਦਾ ਹੈ ਜਲਦੀ ਖਰਾਬ ਹੋ ਜਾਂਦਾ ਇਹਨੂੰ ਤੁਸੀਂ ਰੱਖ ਨਹੀਂ ਸਕਦੇ ਅੱਛਾ ਅਗਰ ਅਸੀਂ ਇਹਨੂੰ ਪਕਾ ਕੇ ਇਹਨੂੰ ਤਿਆਰ ਕਰਕੇ ਅਗਰ ਮੰਡੀ ਭੇਜਦੇ ਆਂ ਤਾਂ ਇਹਦੀ ਜ਼ਿੰਦਗੀ ਜਿਹੜੀ ਸਿਰਫ 3 ਤੋਂ 4 ਦਿਨਾਂ ਇਹਦੀ ਰੈਡ ਲੇਡੀ ਦੀ ਰੈਡ ਲੇਡੀ ਦੀ ਜ਼ਿੰਦਗੀ 8 ਤੋਂ 10 ਦਿਨਾਂ ਹੇ ਟੁੱਟਣ ਤੋਂ ਬਾਅਦ 8-10 ਦਿਨ ਤੱਕ ਇਹਨੂੰ ਇਸਤੇਮਾਲ ਹੋ ਸਕਦਾ ਜੀ ਸਹੀ ਅੱਛਾ ਇਹਦੇ ਬੀਜ ਜਿਹੜੇ ਆ ਉਹ ਨਹੀਂ ਬੀਜੇ ਜਾ ਸਕਦੇ ਨਹੀਂ ਜੀ ਇਹਦੇ ਵਿੱਚੋਂ ਬੀ ਨਹੀਂ ਨਿਕਲਦੇ ਹਾਈਬ੍ਰਿਡ ਸੀਡ ਆ ਹਾਂਜੀ ਇਹਦੇ ਵਿੱਚ ਬਿਲਕੁਲ ਬੀ ਨਹੀਂ ਹੁੰਦਾ ਨਾ ਹੀ ਉਹ ਕੰਮ ਦਿੰਦਾ ਹੈ ਤੇ ਨਾ ਹੀ ਉਹ ਤੇ ਜੇ ਦੇਸੀ ਪਪੀਤਾ ਬੀਜਿਆ ਜਾਵੇ ਦੇਸੀ ਪਪੀਤਾ ਸਾਡਾ ਮੌਸਮ ਨਹੀਂ ਉਹਨੂੰ ਬਰਦਾਸ਼ਤ ਕਰਦਾ ਉਹ ਸਿੰਧ ਦੀ ਤਰਫ ਉਧਰ ਹੀ ਬੀਜਦੇ ਆ ਪੰਜਾਬ ਵਾਲੇ ਨਹੀਂ ਬੀਜਦੇ ਪੰਜਾਬ ਵਾਲੇ ਨਹੀਂ ਬੀਜਦੇ ਪੰਜਾਬ ਦੇ ਵਿੱਚ ਜ਼ਿਆਦਾਤਰ ਇਸ ਟਾਈਮ ਜਿਹੜੀ ਵੈਰਾਈਟੀ ਚੱਲ ਰਹੀ ਹੋ ਰੈਡ ਲੇਡੀ ਆ ਇਹ ਜਿਹੜੀ ਪੈਕਿੰਗ ਹੁੰਦੀ ਹੈ ਇਹਦੀ ਬੀਜ ਦੀ ਕਿੰਨੇ ਗ੍ਰਾਮ ਦੀ ਹੁੰਦੀ ਹੈ ਇਹ ਜੀ ਇੱਕ ਤੋਲਾ ਕਹਿੰਦੇ ਹਾਂ 10 ਗ੍ਰਾਮ ਦੇ ਅੰਦਰ 675 ਬੀਜ ਹੋਣਗੇ 675 ਤੋਂ ਲੈ ਕੇ 850 ਤੱਕ ਜੀ ਅਗਰ ਬੀਜ ਹਲਕਾ ਸਾਢੇ 850 ਅਗਰ ਅੱਛਾ ਬੀਜ ਆ ਗਿਆ ਤਾਂ 675 ਬੀਜ ਨਿਕਲਣਗੇ ਅੱਛਾ ਜੀ ਬੀਜ ਦੀ ਕੀਮਤ ਦਾ ਇੰਨਾ ਫਰਕ ਆ ਜਿਹੜਾ ਸਾਡਾ ਗਵਾਂਢੀ ਮੁਲਕ ਆ ਨਾ ਜੀ ਉੱਥੇ ਮੈਂ ਪਤਾ ਕੀਤਾ ਉਥੋਂ 2800 ਤੋਂ 3000 ਜਿਹੜਾ ਉਹਨਾਂ ਦਾ ਸਿੱਕਾ ਹੈ 2800 2900 ਰੁਪਏ ਦਾ ਅਗਰ ਤੁਸੀਂ 185 ਦਾ ਜ਼ਰਬ ਵੀ ਦਿਓ ਨਾ ਤੇ ਮੇਰਾ ਖਿਆਲ ਆ ਤੁਹਾਡਾ 5000 5500 ਇਹਨੇ ਦਾ ਬਣਦਾ ਲੇਕਿਨ ਸਾਡੇ ਮੁਲਕ ਚ ਬਹੁਤ ਲੁੱਟਾ ਮੈਂ ਜਿਹੜੇ ਇੰਪੋਰਟਰ ਆ ਜਿਹੜੇ ਬੀਆਾਂ ਵਾਲੇ ਉਹਨਾਂ ਨੂੰ ਵੀ ਰਿਕੁਐਸਟ ਕਰਾਂਗਾ ਕਿ ਖੁਦਾ ਦਾ ਖੌਫ ਕਰੋ ਇਹ ਸਾਰਾ ਨਾਲ ਨਹੀਂ ਲੈ ਜਾਣਾ ਉਸ ਵੇਲੇ ਤੇ ਕਲਮਾ ਸ਼ਹਾਦਤ ਵੀ ਨਹੀਂ ਪੜਦੇ ਇਦਾਂ ਦੇ ਬੰਦਿਆਂ ਦੇ ਮਗਰ ਤੇ ਹਰ ਗੱਲ ਤੋਂ ਲੇਕਿਨ ਇਹਦੇ ਤੇ ਅਮਲ ਨਹੀਂ ਕਰਦੇ ਹਾਂਜੀ ਕੁਝ ਲੋਗ ਆ ਜਿਹੜੇ ਕਹਿੰਦੇ ਆ ਵੀ ਅਸੀਂ ਅੱਛੇ ਤਾਂ ਬਹੁਤ ਆ ਲੇਕਿਨ ਅਮਲ ਕਰਨ ਲੱਗਿਆਂ ਪਤਾ ਨਹੀਂ ਕਿ ਮੈਂ ਅੱਛਾ ਤੁਹਾਡੇ ਤੜਾਈ ਲੱਗੀ ਹੈ ਹੁਣ ਤੋੜ ਹਟੇ ਜਾਂ ਪੈਕਿੰਗ ਕਰ ਰਹੇ ਕਿਸ ਪੋਜੀਸ਼ਨ ਚ ਤੋੜ ਹਟੇ ਆ ਜੀ ਕੋਈ ਵਿੱਚ ਦਾਣੇ ਵੀ ਵਿੱਚ ਪਏ ਆ ਚੱਕਣ ਵਾਲੇ ਬਾਕੀ ਪੈਕਿੰਗ ਕਰ ਰਹੇ ਚਲੋ ਵੀ ਦੇਖ ਲਈਏ ਜੀ ਜੀ ਆਜੋ ਇਹ ਵੀ ਰੈੱਡ ਲੇਡੀ ਆ ਜੀ ਜੀ ਰੈੱਡ ਲੇਡੀ ਮਾਸ਼ਾਅੱਲਾ ਜੀ ਬਹੁਤ ਅੱਛੇ अच्छा ये ਥੱਲੇ ਲੱਗਦਾ ਜਾਂਦਾ ਤਾਂ ਤੋੜਦੇ ਜਾਂਦੇ ਤੇ ਉੱਪਰ ਤੁਰਿਆ ਜਾਂਦਾ ਹਾਂਜੀ ਇਸ ਜਗ੍ਹਾ ਤੋਂ ਅਸੀਂ ਇਹਦਾ ਫੜ ਲੈਣਾ ਸ਼ੁਰੂ ਕੀਤਾ ਜੀ ਜੀ ਇੱਥੋਂ ਫਲ ਤੋੜ ਲਿਆ ਜੀ ਇੰਨਾ ਅਸੀਂ ਤਕਰੀਬਨ ਤੋੜ ਲਿਆ ਇਸਾ ਇਹ ਲੱਗਿਆ ਹੋਇਆ ਇਹ ਗਾਂ ਤੋਂ ਤੋੜਾਂਗੇ ਅੱਜ ਇਹਦੀ ਤੜਾਈ ਹੋ ਗਈ ਆ ਤਾਜ਼ੇ ਦਾਣੇ ਤੂ ਪੇ ਇਥੋਂ ਉੱਪਰ ਇਹਦਾ ਪੋਲੀਨੇਸ਼ਨ ਦਾ ਅਮਲ ਹੋ ਰਿਹਾ ਯਾਨੀ ਕਿ ਨਵਾਂ ਫਲ ਨਿਕਲ ਰਿਹਾ ਨਾਲ ਨਾਲੇ ਠੀਕ ਹੋ ਗਿਆ ਇਹ ਜਿੱਦਾਂ ਜਿੱਦਾਂ ਅਸੀਂ ਤੋੜਦੇ ਜਾਵਾਂਗੇ ਉੱਤੇ ਨਵਾਂ ਫਲ ਨਿਕਲਦਾ ਹੈਗਾ ਉਹਨੂੰ ਅਸੀਂ ਤੋੜਦੇ ਜਾਵਾਂਗੇ ਅੱਛਾ ਕਹਿੰਦੇ ਇਸ ਬੂਟੇ ਦੀ ਉਮਰ ਥੋੜੀ ਹੁੰਦੀ ਹੈ ਜਲਦੀ ਨਵਾਂ ਬਾਗ ਲਾਣਾ ਪੈਂਦਾ ਉਹ ਕੀ ਗੱਲ ਕਹਿੰਦਾ ਜੀ ਅਸਲ ਦੇ ਵਿੱਚ ਤੇ ਜ਼ਿੰਦਗੀ ਹੈ 3 ਸਾਲ ਹਾਂਜੀ 3 ਸਾਲ ਤੱਕ ਲੱਗਣ ਤੋਂ ਬਾਅਦ ਜਦੋਂ ਸ਼ੁਰੂ ਹੋ ਜਾਵੇ ਹਾਂਜੀ 3 ਸਾਲ ਤੱਕ ਤੁਸੀਂ ਇਹਦੇ ਵਿੱਚੋਂ ਕੰਟੀਨਿਊਸਲੀ ਫਲ ਲੈ ਸਕਦੇ ਲਗਾਤਾਰ ਅੱਛਾ ਜੀ 8 ਦਿਨ 10 ਦਿਨ ਅਗਰ ਜ਼ਿਆਦਾ ਸਰਦੀ ਮੌਸਮ ਦੀ شدت ਦੀ ਵਜ੍ਹਾ ਨਾਲ ਕੋਈ 15 ਦਿਨ ਬਾਅਦ ਤੜਾਈ ਹੋ ਸਕਦੀ ਆ 20 ਦਿਨ ਬਾਅਦ ਤੜਾਈ ਕਰਨੀ ਪਵੇ ਠੀਕ ਆ ਉਹਦੇ ਵਿੱਚ ਤੁਹਾਨੂੰ ਅਗਰ ਸਰਦੀ ਚ ਕੋਰਾ ਪੈ ਰਿਹਾ ਤਾਂ ਤੁਹਾਨੂੰ ਪਾਣੀ ਲਾਉਣਾ ਚਾਹੀਦਾ ਇਹ 3 ਸਾਲ ਤੋਂ ਬਾਅਦ ਵੀ ਫਲ ਦਿੰਦਾ ਕੋਰੇ ਦੇ ਬਚਾਉ ਦੇ ਕੀ ਆ ਫਲ ਦਿੰਦਾ 3 ਸਾਲ ਤੋਂ ਬਾਅਦ ਪਰ ਕਾਸਟਲੀ ਹੋ ਨਫਾ ਨਹੀਂ ਹੁੰਦਾ ਫਿਰ ਫਲ ਥੋੜਾ ਹੁੰਦਾ ਉਹ ਤੋਂ ਉਹਨੂੰ ਕੀ ਕਰਨਾ ਪੱਠ ਪਵੇ ਉਹ ਸੋਨਾ ਜਿਹੜਾ ਖਾਏ ਜੰਨਾਂ ਨੂੰ ਖਾਏ ਤੇ ਮਤਲਬ ਕੋਰੇ ਤੋਂ ਬਚਾਉਣ ਲਈ ਇਹਨੂੰ ਕੀ ਕਰਨਾ ਪੈਂਦਾ ਕੋਰੇ ਤੋਂ ਬਚਾਉ ਲਈ ਇਹਨੂੰ ਇਹ ਹੀ ਥੱਲੋਂ ਇਹਨੂੰ ਮੋੜ ਨੂੰ ਪਾਣੀ ਲੱਗਣਾ ਚਾਹੀਦਾ ਇਹਨਾਂ ਦੀਆਂ ਖੇੜੀਆਂ ਦੇ ਵਿੱਚ ਪਾਣੀ ਸਿਰੇਜ ਕਰੋ ਇਨਾਂ ਦੀ ਖੇਲ ਜਿਹੜੀ ਹੈ ਜੀ ਮੈਂ ਦਿਖਾਣਾ ਇਹ ਇਹ ਜਿਹੜੀ ਹੈ ਇਹਨਾਂ ਦੀ ਖੇਲ ਆ ਬੂਟੇ ਤੋਂ ਜ਼ਰਾ ਜੀ ਉੱਥੇ ਲਾਇਓ ਨਿਸ਼ਾਨ ਕਿੱਥੇ ਤੱਕ ਪਾਣੀ ਜਾਣਾ ਚਾਹੀਦਾ ਐਸ ਜਗ੍ਹਾ ਤੱਕ ਜੀ ਪਾਣੀ ਜਾਣਾ ਚਾਹੀਦਾ ਹਾਂਜੀ ਇਹ ਦੇਖੋ ਇਹ ਖਾਦ ਵੀ ਪਈ ਹੋਈ ਹੈ ਜੀ ਇਹ ਮੈਂ ਨਜ਼ਦੀਕ ਕਰਦਾ ਕੈਮਰਾ ਜੀ ਦੇਖੋ ਜੀ ਹਾਂਜੀ ਇਹਨਾਂ ਨੇ ਖਾਦ ਪਾਈ ਹੈ ਹਜੇ ਪੂਰੀ ਇੱਥੇ ਲੱਗ ਕੇ ਜੀ ਇੱਥੇ ਤੱਕ 1.5 ਫੁੱਟ ਤੱਕ ਦੀ ਯਾਨੀ ਕਿ ਤੁਸੀਂ ਇੱਥੇ ਖਾਦ ਪਾਉਣੀ ਹੈਗੀ ਠੀਕ ਹੈ ਜੀ ਚਲੋ ਅੱਛਾ ਇਹ ਪੱਤੇ ਕਿਉਂ ਸੁੱਕਣ ਦੇ ਆ ਜਿਹੜੇ ਪੱਤਿਆਂ ਦੇ ਵਿੱਚ ਜਿਹੜੀ ਖਰਾਕ ਹੈ ਜੀ ਕਲੋਰੋਫਿਲ ਆਪਣਾ ਇਹਨਾਂ ਨੇ ਫਰੂਟ ਨੇ ਲੈ ਲਈ ਹੈ ਯਾਨੀ ਇਹ ਬਿਮਾਰੀ ਨਹੀਂ ਹੈਗੀ ਇਹ ਕੁਦਰਤੀ ਤੌਰ ਤੇ ਜਿਹੜਾ ਨਾ ਇਹਦਾ ਪ੍ਰੋਸੈਸ ਮੁਕੰਮਲ ਹੋ ਗਿਆ ਹਾਂਜੀ ਇਹਦੇ ਵਿੱਚ ਖਰਾਕ ਆ ਪੱਤੇ ਦੇ ਅੰਦਰੋਂ ਇਹ ਖਰਾਕ ਲੈਂਦਾ ਹੈ ਠੀਕ ਹੈ ਜੀ ਇਹਦੇ ਵਿੱਚ ਇਹਨੇ ਪੌਦਿਆਂ ਦੇ ਦਾਣਿਆਂ ਨੇ ਇਹਨਾਂ ਨੇ ਫਰੂਟ ਨੇ ਖਰਾਕ ਲੈ ਲਈ ਹੈ ਠੀਕ ਹੈ ਦੇਖੋ ਨਾ ਜੀ ਤੇ ਭਰਿਆ ਹੀ ਪਿਆ ਮਾਸ਼ਾਅੱਲਾ ਅੱਲਾਹ ਤਾਲਾ ਬਰਕਤ ਦੇ ਜੀ ਠੀਕ ਹੈ ਜੀ ਇਧਰ ਆ ਜੀ ਇਹਨਾਂ ਤੋਂ ਬਰਕਤ अच्छा जी सुजाद साहब सुजाद साहब ਤੁਸੀਂ شیخوਪੁਰੋਂ ਆਏ ਆ ਤੁਸੀਂ ਵੀ ਹੁਣ ਲਾਣਾ ਬਾਗ ਕਨੇ ਹਾਂਜੀ ਹਾਂਜੀ ਪਸੰਦ ਆਇਆ ਚਲੋ ਜੀ ਬਹੁਤ ਸ਼ੁਕਰੀਆ ਤੁਹਾਡਾ ਵੀ ਇਹ ਵੀ ਦੇਖੋ ਨਾ ਜੀ ਮਾਸ਼ਾਅੱਲਾ ਪੂਟੇ ਲੇਕਿਨ ਮੇਰਾ ਖਿਆਲ ਆ ਤੁਹਾਡੇ ਕਪੜਿਆਂ ਕੋਪੜਿਆਂ ਤੋਂ ਲੱਗਦਾ ਤੁਸੀਂ ਬਾਹੂ ਜ਼ਿਆਦਾ ਆ ਮਿਹਨਤ ਘੱਟ ਕਰਦੇ ਹਾਂ ਹਾਂਜੀ ਐ ਚਿੱਟੇ ਚਿੱਟੇ ਦਾ ਕਾਦੇ ਫਲ ਦੇ ਉੱਤੇ ਤੋੜਨਾ ਨਾ ਬਣੇ ਕੋਰੇ ਦੀ ਵਜ੍ਹਾ ਨਾਲ ਕੋਰੇ ਦੀ ਵਜ੍ਹਾ ਤੋਂ ਇਹ ਹੁਣ ਫਲ ਵੱਜ ਜਾਏਗਾ ਹਾਂਜੀ ਹਾਂਜੀ ਇਹਨੂੰ ਥੋੜਾ ਜਿਆਦਾ ਜਲਦੀ ਤੋੜਨਾ ਪੈਗਾ ਫਰੂਟ ਨੂੰ ਇਹ ਨਰਮ ਹੋਣਾ ਸ਼ੁਰੂ ਹੋ ਜਾਏਗਾ ਇਹਦਾ ਇਹ ਤਰੀਕਾ ਜੀ ਇਹਨੂੰ ਥੋੜਾ ਜਿਹਾ ਰੰਗ ਇੰਨਾ ਕ ਰੰਗ ਬਣੇ ਜੀ ਜਨਾਬ ਦਾਣੇਦਾਰ ਰੰਗ ਆ ਦੇਖੋ ਨਾ ਇਹਨੂੰ ਵੀ ਹੈ ਦਾਗ ਹਾਂਜੀ ਅਗਰ ਇਹ ਥੋੜਾ ਜਿਹਾ ਰੰਗ ਜ਼ਿਆਦਾ ਬਣਾਵਾਂਗੇ ਇਹਦਾ ਉੱਪਰ ਪਕਾਵਾਂਗੇ ਤਾਂ ਫਿਰ ਇਹ ਦਾਣੇ ਪੋਲੇ ਹੋਣੇ ਸ਼ੁਰੂ ਹੋ ਜਾਣਗੇ ਜੀ ਠੀਕ ਹੋ ਗਿਆ ਜੀ ਬਹੁਤ ਛਕ ਅੱਛਾ ਜੀ ਆ ਥੰਮੀ ਕਾਦੀ ਦਿੱਤੀ ਹੈ ਇਹ ਜਗਾੜ ਲਾਇਆ ਜੀ ਜਗਾੜ ਲਾਇਆ ਇਹ ਡੇਗ ਰਿਹਾ ਜਗਾੜ ਲਾ ਇਦੇ ਤੇ ਮਿਹਨਤ ਹੋਈ ਸੀ ਫੜ ਲੱਗਾ ਸੀ ਕੰਮਸ ਕੰਮ ਅਸੀਂ 1500 ਰੁਪਏ ਦਾ ਫਰੂਟ ਲੈ ਲਿਆ ਜੀ ਇਸ ਪੌਦੇ ਤੋਂ ਹਾਂਜੀ ਤੇ ਹਜੇ ਵੀ ਇਹਨੂੰ ਕਲੀਆਂ ਲੱਗ ਰਹੀਆਂ ਹੈ ਇਹ ਚੱਲ ਰਿਹਾ ਜੀ ਅੱਜ ਵੀ ਚੱਲ ਰਿਹਾ ਦੇਖ ਪਣ ਲੱਗਾ ਸੀ ਇਹਨ ਤੋਂ ਬਸਾਖੀਆਂ ਦੇ ਸਿਰ ਤੇ ਹਾਂਜੀ ਠੀਕ ਹੋ ਗਿਆ ਜੀ ਲੋ ਜੀ ਨਵਾਂ ਸੈਕਸ਼ਨ ਆ ਗਿਆ ਇਹਨਾਂ ਦਾ ਤੜਾਈ ਤੋਂ ਬਾਅਦ ਪੈਕਿੰਗ ਦਾ ਭਾਈ ਤੇਰਾ ਕੀ ਨਾਂ ਕਾਕੇ ਮੇਰਾ ਨਾਮ ਉਸਮਾਨ ਗਨੀ ਹੈ। ਉਸਮਾਨ ਗਨੀ ਸਾਹਿਬ ਉਸਮਾਨ ਗਨੀ ਕਿਹੜੇ ਪਿੰਡ ਦਾ? ਮੈਂ 75 ਮਰਾਦ ਦਾ। 75 ਮਰਾਦ ਦੇ। ਇਹ ਉਹਨਾਂ ਨੂੰ ਲਪੇਟੀ ਕੱਲੀ ਜਾਣਦੇ ਇਹਨਾਂ ਨੂੰ ਪਾਲਾ ਲੱਗਦਾ। ਮਰਾਦ ਮਰਾਦ। ਨਹੀਂ ਜੀ ਹਰ ਦਾਣੇ ਉਤਲਵੇਟੀ ਦਾ ਇੱਕ ਬਾਹਰ ਟੁਕੜਾ। ਕਿਉਂ? ਲਪੇਟੋ ਨਾਲ ਲਪੇਟੀ ਜਾਉਣ ਨਾਲ ਦੱਸੋ ਇਹ ਤੁਸੀਂ ਦੱਸੋ ਜੀ ਕਦ ਵਾਸਤੇ ਲਪੇਟਦੇ ਇਹ ਲਪੇਟਦੇ ਤਾਂ ਜੀ ਇਹਦੇ ਵਿੱਚ ਖਰਾਬ ਨਾ ਪਉਦੇ ਦਾਣਾ ਖਰਾਬ ਨਾ ਹੋਵੇ ਅਗਰ ਇੱਕ ਦੂਸਰੇ ਨਾਲ ਦਾਣਾ ਲੱਗੇਗਾ ਪੱਕਣ ਤੋਂ ਬਾਅਦ ਜਲਦੀ ਖਰਾਬ ਹੋ ਜਾਏਗਾ ਗਲ ਜਾਏਗਾ ਜਿਵੇਂ ਕਿ ਅਸੀਂ ਆਹ ਖਰਾਬ ਆਹ ਕੱਢਿਆ ਪਿਆ ਜੀ ਇਹ ਦਾਣੇ ਤਾਂ ਬਹੁਤ ਅੱਛੇ ਦੇਖਣ ਨੂੰ ਸੋਹਣੇ ਲੱਗਦੇ ਆ ਹਾਂਜੀ ਇਹ ਦੇਖੋ ਲੇਕਿਨ ਇਹ ਖਰਾਬ ਆ ਠੀਕ ਹੈ ਜੀ ਇਹਨਾਂ ਨੂੰ ਅਸੀਂ ਬਾਹਰ ਕੱਢ ਦਿੱਤਾ ਹੈ ਜੀ ਇਹ ਦੇਖੋ ਜੀ ਅੱਛਾ ਤਾਂ ਕਿ ਕਿਸੇ ਦਾ ਵੀ ਕੋਈ ਨੁਕਸਾਨ ਨਾ ਹੋਵੇ ਖਾਲੀ ਵੈਣਾ ਉਹ ਹੀ ਫਰੂਟ ਅਸੀਂ ਗਾਂਹ ਭੇਜਦੇ ਜਿਹੜੇ ਅੱਛੀ ਚੀਜ਼ ਆ ਠੀਕ ਹੈ ਸਰਫਰਾਜ਼ ਸਾਹਿਬ ਤੁਸੀਂ ਨਵਾਂ ਫਰੂਟ ਲੈ ਕੇ ਆਏ ਹਾਂ ਹਾਂਜੀ ਚਲੋ ਜੀ ਬਹੁਤ ਸ਼ੁਕਰੀਆ ਤੇ ਪੇਟੀਆਂ ਕਿਹੜੀਆਂ ਪੇਟੀ ਜਿਹੜਾ ਸਰਫਰਾਜ਼ ਸਾਹਿਬ ਚੁੱਕੋ ਜਿਹਦੇ ਵਿੱਚ ਇਹਨੂੰ ਬੰਦ ਕਰ ਨਹੀ ਇਹਦੇ ਤੋਂ ਤੁਸੀਂ ਤੋੜ ਕੇ ਲੈ ਆਨੇ ਨਾ ਜਿਹੜੀ ਮੰਡੀ ਜਾਣੀ ਹੈ ਇਹ ਸੇਬਾਂ ਵਾਲੀਆਂ ਮੇਰਾ ਖਿਆਲ ਸੈਕੰਡ ਹੈਂਡ ਪੇਟੀਆਂ ਤੁਸੀਂ ਲੈ ਲੈਣੇ ਆ ਹਾਂਜੀ ਠੀਕ ਹੋ ਗਿਆ ਜੀ ਇਹਦਾ ਵਜ਼ਨ ਸੇਬ ਵੀ ਇੰਨਾ ਕੀ ਹੁੰਦਾ ਤਕਰੀਬਨ ਹਾਂ ਜੀ ਜੀ तकरीबन 6 ਵੀ ਇੰਨਾ ਕੀ ਹੁੰਦਾ 15 16 ਕਿਲੋ 14 ਕਿਲੋ ਠੀਕ ਹੋ ਗਿਆ ਜੀ ਬਹੁਤ ਬਹੁਤ ਸ਼ੁਕਰੀਆ ਜੀ ਜੀ ਵਿਕਾਸ ਸਾਹਿਬ ਹੁਣ ਤੁਸੀਂ ਆਪਣਾ ਨੰਬਰ ਬੋਲੋ 03013930134 ਪੰਜਾਬੀ ਚ ਨਹੀਂ ਬੋਲੋ 0301 3930134 ਠੀਕ ਹੈ ਜੀ ਬਹੁਤ ਸ਼ੁਕਰੀਆ ਜੀ ਜਿਹਨਾਂ ਦੋਸਤਾਂ ਨੂੰ ਜ਼ਰੂਰਤ ਹੋਈ ਜੀ ਇਹਨਾਂ ਦੇ ਨਾਲ ਰਾਬਤਾ ਕਰਨ ਔਰ ਉਮੀਦ ਆ ਅੱਛਾ ਸਲੂਕ ਕਰਨਗੇ ਨਾ ਕਰਨਗੇ ਤਾਂ ਮੇਰੇ ਨੰਬਰ ਤੇ ਰਾਬਤਾ ਕਰ ਲੈਣ ਫਿਰ ਮੈਂ ਇੰਟਰਚੁਕ ਕਰਾਂਗਾ ਨੰਬਰ ਹੋਰ ਵੀ ਚਾਹੀਦਾ ਹੋਵੇ ਤਾਂ ਨੰਬਰ ਹੋਰ ਵੀ ਹੈ ਇੱਕ ਉਹ ਵੀ ਲੈਣੇ ਜੀ ਚਿਮਨ ਸਾਹਿਬ ਤੁਸੀਂ ਵੀ ਆਪਣਾ ਨੰਬਰ ਬੋਲੋ 0345 8031916 8031916 ਜੀ ਚੀਮਾ ਜੱਟ ਆ ਜੀ ਇਹ ਜ਼ਰੂਰ ਫੋਨ ਸੁਣੂਗਾ ਹਾਂਜੀ ਤੁਸੀਂ ਬੋਲਿਓ ਜੀ 030 ਜੀ 8155175 ਇਹ ਆਬਦ ਵਟਸਾਪ ਦਾ ਨੰਬਰ ਹੈ ਮੇਰੇ 파ਰਟਨਰ ਵੀ ਨੇ ਆਬਦ ਸਾਹਿਬ ਇਧਰ ਆਓ ਅੱਛਾ ਜੀ ਮੇਰੇ ਬੜੇ ਅੱਛੇ ਦੋਸਤ ਵੀ ਨੇ ਹਾਂਜੀ ਆਬਦ ਸਾਹਿਬ ਦਾ ਨੰਬਰ ਆਬਦ ਸਾਹਿਬ ਤੁਸੀਂ ਦੁਬਾਰਾ ਨੰਬਰ ਬੋਲੋ 030 8155175 ਜੀ ਬਹੁਤ ਬਹੁਤ ਸ਼ੁਕਰੀਆ ਜਨਾਬ ਪਾਕਿਸਤਾਨ ਜ਼ਿੰਦਾਬਾਦ ਲਓ ਜਨਾਬ ਇਹਨਾਂ ਨੇ ਨਾ ਜਨੈ ਵੀ ਬੀਜੇ ਅੰਗਰੇਜ਼ੀ ਚ ਗ੍ਰਾਮ ਕਹਿੰਦੇ ਤੇ ਪੰਜਾਬੀ ਚ ਇਹਨਾਂ ਨੂੰ ਕਹਿੰਦੇ ਛੋਲੇ ਕੰਮ ਇਹਨਾਂ ਨੇ ਸਾਰੇ ਲਏ ਆ ਤੋਰੀਆ ਵੀ ਬੀਜਿਆ ਹੈ ਲੋ ਜਨਾਬ ਇਹ ਇਹਨਾਂ ਨੇ ਪਨੀਰੀ ਬੀਜੀ ਆ ਇਹਦੇ ਤੋਂ ਤੇ ਯਾਰ ਸੇਕ ਹੀ ਬਹੁਤ ਨਿਕਲ ਡਿਆ ਹੈ ਹਾਂਜੀ ਟੈਂਪਰੇਚਰ ਟੈਂਪਰੇਚਰ ਨੂੰ ਬੱਸ ਆਪ ਥੋੜਾ ਜਿਹਾ ਅੱਗੇ ਹੋ ਕੇ ਇੱਕ ਲਫਾਫਾ ਹਿਲਾਓ ਪਤਾ ਲੱਗੇ ਇਹ ਕਿੰਨੇ ਦਿਨਾਂ ਦੀ ਹੈ ਜੀ ਇਹ ਇਹ ਕਿੰਨੇ ਦਿਨਾਂ ਦੀ ਹੈ ਇਹ ਤਕਰੀਬਨ ਹੋ ਹੀ ਗਈ ਆ ਹੁਣ 80 ਕੇ ਦਿਨ ਦੀ ਅੱਛਾ ਜੀ ਹਾਂਜੀ ਚਲੋ ਠੀਕ ਆ ਜੀ ਬਹੁਤ ਸ਼ੁਕਰ ਵਟਸਾਪ ਪਨੀਰੀ ਲਾਣ ਲਈ ਕਿੱਡਾ ਖਲਫਾਫਾ ਚਾਹੀਦਾ ਲਫਾਫਾ ਥੈਲੀ ਆ ਅੱਛਾ ਥੈਲੀਆਂ ਲੱਭ ਜਣੀਆਂ 306 ਦੀ 306 ਦੀ ਇਹਦੇ ਵਿੱਚ ਕੀ ਕੀ ਪਾਣਾ ਪੈਂਦਾ ਇਹਦੇ ਵਿੱਚ ਇੱਕ ਤਾਂ ਤੁਸੀਂ ਪੋਣੀ ਆ ਭਾਲ ਪਾ ਲੋ ਚਾਹੇ ਮਿੱਟੀ ਪਾ ਲੋ ਠੀਕ ਆ ਫਿਰ ਉਸ ਤੋਂ ਬਾਅਦ ਇਹ ਹੁੰਦਾ ਵਾ ਪੀਚ ਮੋਸਟ ਹਾਂਜੀ ਠੀਕ ਆ ਪੀਚ ਮਾਸਟ ਕਹਿੰਦੇ ਆ ਉਹਨੂੰ ਆਪਾਂ ਪੰਜਾਬੀ ਚ ਰੂੜੀ ਵੀ ਕਹਿ ਸਕਦੇ ਆ ਉਹ ਜਿਹੜੀ ਬੋਰੀਆਂ ਦੇ ਵਿੱਚ ਬੰਦ ਆ ਤੁਹਾਡੇ ਕੋ ਕੋਈ ਥੈਲਾ ਪਿਆ ਸਾਡੇ ਕੋ ਥੈਲੇ ਤਾਂ ਕੋਈ ਨਹੀਂ ਜੀ ਹੁਣ ਉਹਦਾ ਖਾਲੀ ਥੈਲਾ ਵੀ ਕੋਈ ਨਹੀਂ ਅੱਛਾ ਚਲੋ ਨਹੀਂ ਤਾਂ ਮੈਂ ਉਹ ਵੀ ਵਿੱਚ ਦੇ ਦਿੰਦੇ ਉਹ ਥੱਲੇ ਭੜ ਪਾ ਕੇ ਕਿੰਨੀ ਭੜ ਪਾਣੀ ਤੇ ਉਹ ਕਿੰਨਾ ਪਾਉਣਾ ਉਹਦੇ ਵਿੱਚ ਉਹ ਨਾ ਭੜ ਜ਼ਿਆਦਾ ਪਾਉਣੀ ਆ ਹਾਂਜੀ ਜਿਹੜੀ ਪੀਚ ਮਾਸ ਉਹ ਥੋੜੀ ਪਾਉਣੀ ਆ ਉਹ ਥੋੜੀ ਪਾਣੀ ਹਾਂਜੀ ਅੱਛਾ ਤੇ ਇੱਕ ਲਫਾਫੇ ਚ ਕਿੰਨੇ ਬੀਰ ਰੱਖਣੇ ਇੱਕ ਹੀ ਬੀਰ ਰੱਖਣਾ ਹਾਂਜੀ ਇੱਕ ਮਿੰਟ ਇਹਨੂੰ ਜੀ ਇਹਦਾ ਫੇਰ ਚੁੱਕਿਓ ਇਸ ਤਰ੍ਹਾਂ ਬਣਾ ਕੇ ਲਾ ਕੇ ਇਹਨਾਂ ਨੂੰ ਰੱਖ ਕੇ ਤੇ ਥੱਲੇੋਂ ਪਾਣੀ ਨਾਲ ਭਰ ਦੇਣਾ ਹਾਂਜੀ ਪਾਣੀ ਜਿਹੜਾ ਵੇਚ ਨਾ ਪਵੇ ਇਹਨਾਂ ਲਾਣਾ ਹਾਂਜੀ ਹਾਂਜੀ ਬਿਲਕੁਲ ਤੇ ਦੇ ਉੱਤੇ ਬਨਾਂ ਚ ਦੂਰ ਰਵੇ ਪਾਣੀ ਇੱਕ ਹੋਰ ਇਹਦੇ ਚ ਗੱਲ ਹੈ ਜਿਹੜੀ ਜ਼ਰੂਰੀ ਗੱਲ ਦੱਸਣ ਵਾਲੀ ਹੈ ਹਾਂਜੀ ਆਪਣੇ ਏਅਰਸ ਨੂੰ ਹਾਂਜੀ ਆ ਦੇਖੋ ਅਗਰ ਇਹਨਾਂ ਚ ਪਾਣੀ ਦੀ ਜ਼ਿਆਦਾ ਜ਼ਿਆਤੀ ਹੋਏਗੀ ਨਾ ਤੇ ਇਹਦੇ ਵਿੱਚ ਇੱਥੇ ਸਰਾਖ ਕੀਤੇ ਹੋਏ ਆ ਇਹ ਆਪ ਕੀਤੇ ਆ ਹਾਂਜੀ ਆਪ ਕੀਤੇ ਹੋਏ ਆ ਕਾਦੇ ਨਾਲ ਕੀਤੇ ਸੀ ਇਹ ਨਹੀਂ ਸੁੰਬੇ ਨਾਲ ਕੀਤਾ ਜੀ ਇਹ ਦੇਖ ਅੱਛਾ ਜੀ ਜਿਹੜਾ ਪਾਣੀ ਇਹਦੇ ਵਿੱਚ ਬਹੁਤਾ ਹੋ ਜਾਏ ਤੇ ਆਪੇ ਇੱਥੇ ਜਿਹੜਾ ਆਟੋਮੈਟਿਕਲੀ ਇਹਨੂੰ ਰਿਲੀਜ਼ ਹੋ ਜਾਏਗਾ ਠੀਕ ਹੋ ਗਿਆ ਤੇ ਉੱਤੇ ਵੀ ਇਹਦੇ ਪਾਣੀ ਦੀ ਫੁਆਰ ਮਾਰਨੀ ਪੈਂਦੀ ਆ ਹਾਂਜੀ ਕਿੰਨੀ ਵਾਰ ਉੱਪਰ ਜੀ ਇਹਨੂੰ ਜਦੋਂ ਨਵਾਂ ਨਵਾਂ ਲਾਉਣਾ ਜੀ ਉਦੋਂ ਇਹਨੂੰ ਜ਼ਰੂਰੀ ਆ ਫੁਆਰ ਪਾਣੀ ਉੱਤੋਂ ਵੀ ਲਾਉਣਾ ਕਿੰਨੇ ਦਿਨ ਹੀ ਉਹ ਤਕਰੀਬਨ ਅਸੀਂ ਚੌਥੇ ਦਿਨ ਬਾਅਦ ਪਾਣੀ ਲਾਣੇ ਆਂ। ਅੱਛਾ ਜੀ। ਜੀ। ਲੇਕਿਨ ਇੰਨਾ ਕਿ ਜਿਹੜਾ ਬੱਤਰ ਰਵੇ। ਹਾਂਜੀ ਬੱਤਰ ਰਵੇ ਤੇ ਮੂਜੀ ਮੰਗੋ ਨਹੀਂ ਲਾਣਾ। ਹਾਂ ਬਿਲਕੁਲ ਮੂਜੀ ਮੰਗੋ ਨਹੀਂ ਲਾਉਣਾ। ਇਹਦਾ ਜਿਹੜਾ ਹੈ ਆਪਣਾ ਪਾਣੀ ਉੱਪਰ ਲਾਣਾ ਨਾ। ਹਾਂਜੀ। ਇਹ ਇੰਨਾ ਤਰ ਨਹੀਂ ਹੋਣਾ ਚਾਹੀਦਾ ਵੀ ਇਹਦੀ ਜਿਹੜੀ ਰੂੜੀਓ ਬਿਲਕੁਲ ਹੀ ਗਿੱਲੀ ਹੋ ਜਾਵੇ। ਅੱਛਾ ਜੀ। ਇਹ ਉਹ ਸੁੱਕੀ ਰਹਿਣੀ ਚਾਹੀਦੀ ਆ। ਅੱਛਾ ਜੀ। ਕਈ ਦੋਸਤ ਕਹਿੰਦੇ ਆ ਵੀ ਇਹ ਤਾਂ ਗਿੱਲੀ ਹੁੰਦੀ ਨਹੀਂ। ਉਹ ਗਿੱਲੀ ਹੋ ਗਈ ਤੇ ਤੁਹਾਡੇ ਪੌਦੇ ਸੰਡੇ ਸ਼ੁਰੂ ਫੰਗਸ ਪੈ ਜਾਏਗੀ। ਠੀਕ ਹੈ। ਉਹ ਉਹਨਾਂ ਕੀ ਪਾਣੀ ਲੈਂਦੀ ਹੈ ਜ ਇਹ ਤਾਂ ਹੋ ਗਿਆ ਜੀ ਇਹ ਤੇ ਦੂਸਰਾ ਪੌਦਾ ਜਦੋਂ منتقل ਕਰਨਾ ਤੁਸੀਂ ਵੈਸੇ ਤਾਂ 70 ਦਿਨ ਦੱਸਿਆ ਜਿਹੜੇ ਲੋਕ ਨਰਸਰੀ ਤੋਂ ਲੈਂਦੇ ਉਹਨਾਂ ਨੇ ਕਿਹੜਾ ਉੱਥੇ ਜਨਮ ਪੱਤਰੀ ਦੇਖਣੀ ਆ ਉਹਨਾਂ ਨੇ ਕੋਈ ਰਸਤਾ ਤਰੀਕਾ ਇਹ ਆ ਉਹ 8 ਪੱਤੇ ਦਾ ਦੇਖ ਸਕਦੇ ਆ 8 ਪੱਤੇ ਹੋਣ 8 ਪੱਤੇ ਹੋਣ 8 ਤੋਂ 10 ਪੱਤੇ ਇੱਕ ਇੱਕ ਪੌਦਾ ਜੀ ਮੇਰੇ ਵਾਸਤੇ ਕੱਢਿਓ ਜ਼ਰਾ ਬਾਹਰ 8 ਤੋਂ 10 ਪੱਤੇ ਤੱਕ ਯਾਨੀ ਕਿ ਤੁਸੀਂ ਲੈ ਸਕਦੇ ਆ ਜਿਹੜਾ ਕਹਿੰਦੇ ਆ ਕਿ ਹਾਂਜੀ ਉਹ ਤੁਸੀਂ ਅਗਰ ਉਹ ਛੋਟੀ ਪਨੀਰੀ ਨੂੰ ਜ਼ਿਆਦਾ ਖਰਾਕ ਪਾ ਕੇ ਤੇ ਉਹ ਤਿਆਰ ਕਰ ਲੋਗੇ ਤਾਂ ਉਹਦਾ ਮੁੱਢ ਬਿਲਕੁਲ ਬਰੀਕ ਹੋਏਗਾ ਹਾਂਜੀ ਅਗਰ ਮੁੱਢ ਬਰੀਕ ਹੋਏਗਾ ਤੇ ਉਹ ਪੈਲੀ ਦੇ ਵਿੱਚ ਗਾਂ ਜਾ ਕੇ ਸਰਵਾਈਵ ਨਹੀਂ ਕਰ ਸਕਦਾ ਇਹਦੇ ਕਿੰਨੇ ਪੱਤੇ ਆ ਇਹਦੇ ਦੇਖ ਸਕਦੇ ਤੁਸੀਂ ਵੱਡੇ 1 2 3 4 5 6 7 8 9 10 ਇਹ ਹੁਣ ਮੁਨਤਕਲ ਹੋਣ ਦੇ ਕਰੀਬ ਆ ਇਹ ਮੁਨਤਕਲ ਹੋਣ ਦੇ ਜੀ 5 ਤਰੀਕ ਵਾਲੇ ਦੇਣ ਅਸੀਂ ਇਹਨੂੰ ਸ਼ਿਫਟ ਕਰ ਦੇ ਪੰਜ ਵਾਲ ਨੂੰ ਇਹਦਾ ਤੇ ਜਿਹੜਾ ਨਾ ਜੀ 5 ਮਾਰਚ ਪੌਣੀ ਗੇਠਾ ਰੇਟ ਆਪਣਾ ਕੱਦ ਹਾਂਜੀ ਬਿਲਕੁਲ ਤੇ ਕਿਡਾ ਵੱਡੇ ਤੋਂ ਵੱਡਾ ਹੋਣਾ ਚਾਹੀਦਾ ਜਿਹੜਾ ਅਸੀਂ ਲਾ ਲਈਏ ਜਿਹੜਾ ਜ਼ਿਆਦਾਤਰ ਜ਼ਿਆਦਾ ਵੱਡਾ ਹੋ ਜਾਏਗਾ ਉਹਦੀ ਜੜ ਥੱਲੋਂ ਬਾਹਰ ਆ ਜਾਏਗੀ ਜਿੰਨੇ ਜੜ ਬਾਹਰ ਆ ਜਾਏਗੀ ਉਹ ਪੌਦਾ ਕਾਮਯਾਬ ਬਹੁਤ ਘੱਟ ਚਾਂਸਸ ਨੇ ਹੁੰਦੀਆਂ ਯਾਨੀ 6 ਇੰਚ ਤੱਕ ਕਾਬਿਲ ਕਬੂਲ ਹਾਂਜੀ 6 ਇੰਚ ਲਾ ਲਓ 6 ਤੋਂ 9 ਇੰਚ ਤੱਕ ਅੱਛਾ ਜੀ ਬਹੁਤ ਸ਼ੁਕਰੀਆ ਜੀ